ਜਿਹੜਾ ਹਫ਼ਤੇ ਦੇ ਵਿਚ ਆਪਾਂ ਇਕ ਦਿਨ ਡਿਸਕਸ ਕਰਦੇ ਹੁੰਦੇ ਆ ਢਿੱਲੋਂ ਸਾਹਿਬ ਦੀਆਂ ਸੇਵਾਵਾਂ ਲੈਣੇ ਹੁੰਦੇ ਆ। ਇਸ ਵਕਤ ਆਪਣੇ ਨਾਲ ਮੁਖਤਾਰ ਸਿੰਘ ਢਿੱਲੋਂ ਸਾਹਿਬ ਸ਼ਾਮਲ ਹੋ ਚੁੱਕੇ ਆ, ਉਨ੍ਹਾਂ ਦਾ ਸਵਾਗਤ ਕਰ ਲਈਏ ਤੇ ਫਿਰ ਆਪਾਂ ਗੱਲ ਨੂੰ ਤੋਰਦੇ ਆ ਅੱਗੇ। ਜੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਤੁਸੀਂ ਜੁੜਦੇ ਹੋ ਸਾਡੇ ਨਾਲ, ਤੇ ਦਵਿੰਦਰ ਸਿੰਘ ਮਾਹਲ ਨਿਊਯਾਰਕ ਦੇ ਵਿਚ ਰਹਿੰਦੇ ਨੇ, ਉਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਸਪਾਂਸਰ ਹੁੰਦਾ। ਸੋ ਬਹੁਤ ਧੰਨਵਾਦ ਮਾਹਲ ਸਾਹਿਬ ਦਾ, ਦੀਵਾਲੀ ਮੁਬਾਰਕ ਉਨ੍ਹਾਂ ਨੂੰ ਵੀ ਤੇ ਸਾਡੀ ਦੀਵਾਲੀ ਬਣਾਉਣ ਵਾਲਿਆਂ ਨੂੰ ਵੀ। ਢਿੱਲੋਂ ਸਾਹਿਬ ਗੱਲ ਕਰੀਏ ਜੀ ਉਨ੍ਹਾਂ ਆਗੂਆਂ ਦੀ, ਯੂਥ ਆਗੂਆਂ ਦੀ, ਜਿਨ੍ਹਾਂ ਦੀ ਚਰਚਾ ਹੁਣ ਦੇਸ਼ ਦੇ ਵਿਚ ਘੱਟ ਹੈ, ਵਿਦੇਸ਼ ਦੇ ਵਿਚ ਵੱਧ ਹੈ। ਟਾਈਮਸ ਦੁਨੀਆਂ ਦਾ ਇਕ ਐਸਾ ਮਾਸਿਕ ਹੈ, ਇਕ ਐਸਾ ਰਸਾਲਾ ਹੈ ਜਿਹੜਾ ਨੋਟਿਸ ਲੈਂਦਾ ਕਿ ਕਿੱਥੇ ਕੀ ਵਾਪਰ ਰਿਹਾ। ਹੁਣ ਸਰਵੇ ਹੋਇਆ ਤੇ ਕਿਤੇ ਨਾ ਕਿਤੇ ਗੁਰਮੇਹਰ ਹੋਰਾਂ ਦਾ ਨਾਂ ਉਹਦੇ ਚ ਆਇਆ। ਗੁਰਮੇਹਰ ਪਿਛਲੇ ਸਾਲ ਚਰਚਾ ਦੇ ਵਿਚ ਆਈ ਸੀ, ਉਦੋਂ ਪਹਿਲਾਂ ਬਹੁਤਿਆਂ ਨੂੰ ਨਹੀਂ ਪਤਾ ਸੀ, ਮੈਨੂੰ ਵੀ ਨਹੀਂ ਪਤਾ ਸੀ ਕਿ ਕੌਣ ਹੈ, ਪਰ ਹੁਣ ਜਦੋਂ ਟਾਈਮਸ ਵਾਲਿਆਂ ਨੇ ਉਸ ਨੂੰ ਯੂਥ ਲੀਡਰ ਦੇ ਵਿਚ ਸ਼ੁਮਾਰ ਕੀਤਾ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਡੇ ਦੇਸ਼ ਦੀ ਪ੍ਰਤਿਭਾ ਜਿਹੜੀ ਉਹ ਵਿਦੇਸ਼ਾਂ ਦੀ ਨਜ਼ਰ ਦੇ ਉੱਤੇ ਚੜੀ ਹੋਈ ਹੈ। ਬਿਲਕੁਲ ਸੁਖਮੈਰ ਜੀ, ਤੁਸੀਂ ਠੀਕ ਫਰਮਾਇਆ ਹੈ। ਗੁਰਮੇਹਰ ਜਲੰਧਰ ਦੀ ਜਨਪਦ ਹੈ ਜੀ, ਇੱਕ ਅਜਿਹੇ ਪਰਿਵਾਰ ਨਾਲ ਸੰਬੰਧਿਤ ਹੈ ਜਿਸ ਪਰਿਵਾਰ ਨੂੰ ਬਹੁਤ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪਿਆ ਜੀ, ਕਿਉਂਕਿ ਅਸੀਂ ਸਾਰੇ ਪਰਿਵਾਰਕ ਬੰਦੇ ਹਾਂ, ਅਸੀਂ ਲੋਕ ਸਮਝ ਸਕਦੇ ਹਾਂ ਉਸ ਦਰਦ ਨੂੰ ਜਦੋਂ ਪਰਿਵਾਰ ਦਾ ਮੁਖੀ, ਰੋਟੀ ਕਮਾਉਣ ਵਾਲਾ ਬੰਦਾ ਦੁਨੀਆ ਚ ਨਾ ਰਹੇ ਜੀ। ਗੁਰਮੇਹਰ ਦਾ ਫਾਦਰ ਵੀ ਭਾਰਤੀ ਫੌਜ ਦਾ ਇੱਕ ਜਾਂਬਾਜ ਅਫਸਰ ਸੀ ਔਰ 1999 ਦੀ ਕਾਰਗਿਲ ਦੀ ਜੰਗ ਵਿਚ ਉਹ ਸ਼ਹੀਦ ਹੋ ਗਿਆ ਸੀ ਜੀ। ਗੁਰਮੇਹਰ ਉਸ ਵੇਲੇ ਬੱਚੀ ਸੀ, ਮਾਂ ਨੇ ਤੇ ਬਾਕੀ ਪਰਿਵਾਰ ਦੀ ਮਦਦ ਨਾਲ ਬੜੇ ਔਖੇ ਸੌਖੇ ਹੋ ਕੇ ਉਹਦਾ ਪਾਲਣ ਪੋਸ਼ਣ ਕੀਤਾ ਜੀ, ਉਹਦੀ ਪੜ੍ਹਾਈ ਲਿਖਾਈ ਵੱਲ ਧਿਆਨ ਦਿੱਤਾ ਤੇ ਇਹ ਟੀਨੇਜਰ ਲੜਕੀ ਜਦੋਂ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਦੀ ਵਿਦਿਆਰਥਣ ਬਣ ਗਈ, ਉਥੋਂ ਦਾ ਮਾਹੌਲ ਦੇਖਿਆ, ਉਥੋਂ ਦੀਆਂ ਪਰਿਸਥਿਤੀਆਂ ਦੇਖੀਆਂ ਤਾਂ ਉਸ ਵੇਲੇ ਉਹਨੇ ਜਿਹੜੇ ਦੇਸ਼ ਦੀ ਸਿਆਸਤ ਨੂੰ, ਦੇਸ਼ ਦੇ ਮਾਹੌਲ ਨੂੰ, ਦੇਸ਼ ਦੀ ਸਿੱਧਾ ਨੂੰ ਫਿਰਕੂ ਰੰਗ ਤਿਰੰਗਣ ਦਾ ਯਤਨ ਕੀਤਾ ਜਾ ਰਿਹਾ ਸੀ ਜੀ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਜਿਹੜੀ RSS ਦਾ ਇੱਕ ਵਿੰਗ ਹੈ ਜੀ, ਇਸ ਲੜਕੀ ਨੇ ਉਸ ਵੇਲੇ ਇੱਕ ਕੰਪੇਨ ਚਲਾਈ ਸੀ, ਸਟੂਡੈਂਟ ਅਗੇਂਸਟ ABET ਜੀ ਐਂਡ ਸੇਵ ਦਿੱਲੀ ਯੂਨੀਵਰਸਿਟੀ ਫਰਾਮ ਇਹਦਾ ਲੁਕਅਪ ਜੀ, ਇਹ ਜਿਹੜੀ ਉਹਨੇ ਕੰਪੇਨ ਚਲਾਈ ਤੇ ਉਸ ਕੰਪੇਨ ਨੂੰ ਮਿਲੇ ਹੁੰਗਾਰੇ ਤੋਂ ਉਹ ਤਾਕਤਾਂ ਇੰਨੀਆਂ ਜ਼ਿਆਦਾ ਵਿਚਰਿਤ ਹੋ ਉੱਠੀਆਂ, ਇੰਨਾ ਜ਼ਿਆਦਾ ਕੁਰਲਾ ਉੱਠੀਆਂ ਕਿ ਉਹਨਾਂ ਨੇ ਇਸ ਲੜਕੀ ਨੂੰ ਟਾਰਗੇਟ ਕਰਕੇ ਇਹਦਾ ਇਮੇਜ ਅਟਾਰਨਿਸ਼ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜੀ। ਇੱਥੋਂ ਤੱਕ ਕਿ ਇਸ ਲੜਕੀ ਨੇ ਤਿੰਨਾਂ ਵਿਚਾਰਾਂ ਦਾ ਪ੍ਰਗਟਾਵਾ ਆਪਦੇ ਦੁੱਖ ਵਿਚੋਂ ਕੀਤਾ ਸੀ, ਇਹਨਾਂ ਨੇ ਉਹਦਾ ਉਹ ਪੁਰਾਣਾ ਵੀ ਚੱਕ ਲਿਆ ਜੀ। 2016 ਦੇ ਵਿਚ ਉਸ ਲੜਕੀ ਨੇ ਕੁਝ ਵੀਡੀਓ ਪਾਏ ਸੀ ਗੁਰਮੇਹਰ ਨੇ, ਜਿਹਦੇ ਵਿਚ ਉਹਨੇ ਆਪਣੇ ਬਾਪ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਸੀ ਜੀ, ਕਿਉਂਕਿ ਵਾਤਾਵਰਨ ਨੂੰ ਗੰਧਲਾ ਕਰਨ ਵਾਸਤੇ ਇਲਜ਼ਾਮ ਲਾਏ ਜਾਂਦੇ ਹੈ ਦੇਸ਼ਾਂ ਦੇ ਉੱਤੇ ਕਿ ਆਹ ਦੇਸ਼ ਸਾਡਾ ਦੁਸ਼ਮਣ ਹੈ, ਆਹ ਨੇਸ਼ਨ ਸਾਡੀ ਦੁਸ਼ਮਣ ਹੈ। ਮਿਸਾਲ ਦੇ ਤੌਰ ਤੇ ਜੇ ਅਸੀਂ ਦੇਖੀਏ ਭਾਰਤ ਤੇ ਪਾਕਿਸਤਾਨ 14 ਅਗਸਤ 1947 ਤੋਂ ਪਹਿਲਾਂ ਇੱਕੋ ਦੇਸ਼ ਸੀ ਜੀ, ਜਿਨ੍ਹਾਂ ਦੇ ਅਸੀਂ ਫਰੰਗੀਆਂ ਦੇ ਗੁਲਾਮ ਸੀ, ਉਹਨਾਂ ਦੀ ਲੋੜ ਸੀ, ਉਹਨਾਂ ਦੀ ਰਾਜਨੀਤਿਕ ਮਜਬੂਰੀ ਸੀ, ਉਹਨਾਂ ਨੇ ਇਸ ਦੇਸ਼ ਦੇ ਦੋ ਟੁਕੜੇ ਕਰ ਦਿੱਤੇ ਤੇ ਰਾਤੋ ਰਾਤ ਉਹ ਭਰਾ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸੀਰੀ ਸੀ, ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਔਰ ਜਿਸ ਤਰ੍ਹਾਂ ਦੋਨਾਂ ਪਾਸੇ ਤੋਂ ਅਸੀਂ ਦੇਖੀਏ 10 ਲੱਖ ਪੰਜਾਬੀ ਉਹਦੀ ਭੇਟ ਚੜ ਗਏ। ਉਹਦੇ ਤੋਂ ਬਾਅਦ ਇਹ ਪਨਾਤਾ ਦੋਨਾਂ ਤਰ੍ਹਾਂ ਦੀਆਂ ਸਰਕਾਰਾਂ ਨੇ, ਦੋਨਾਂ ਤਰ੍ਹਾਂ ਦੇ ਸਿਸਟਮ ਨੇ। ਉਧਰ ਦੇ ਲੋਕ ਕਹਿੰਦੇ ਆ, ਜਿਹੜੀ ਉਧਰਲਾ ਸਿਸਟਮ ਹੈ, ਕਹਿੰਦੇ ਕਿ ਭਾਰਤ ਦੇ ਲੋਕ ਸਾਡੇ ਦੁਸ਼ਮਣ ਹੈ, ਸਾਡੇ ਸਿਸਟਮ ਨੇ ਇਹ ਬਣਾਤਾ ਕਿ ਜਿਹੜੀ ਪਾਕਿਸਤਾਨ ਦੇ ਲੋਕ ਹੈ ਉਹ ਦੁਸ਼ਮਣ ਹੈ। ਲੇਕਿਨ ਜਦੋਂ ਪਾਕਿਸਤਾਨ ਦੇ ਲੋਕ ਇਧਰ ਆਉਂਦੇ ਆ ਜਾਂ ਸਾਡੇ ਲੋਕ ਉਧਰ ਗੁਰਧਾਮਾਂ ਦੀ ਯਾਤਰਾ ਵਾਸਤੇ ਜਾਂਦੇ ਆ ਔਰ ਉਹ ਕਿਵੇਂ ਇੱਕ ਦੂਜੇ ਪ੍ਰਤੀ ਪਿਆਰ ਡੁਲਡੁਲ ਕੇ ਪੈਂਦਾ ਹੈ, ਜਜ਼ਬਾਤ ਕਿਵੇਂ ਹੁੰਦੇ ਆ, ਇਹ ਤਾਂ ਅਸੀਂ ਜਾਣਦੇ ਹਾਂ। ਉਹ ਲੋਕ ਜਿਹੜੇ ਉਧਰ ਆਉਂਦੇ ਜਾਂਦੇ ਆ ਕਿ ਲੋਕਾਂ ਦਾ ਕਦੇ ਕੋਈ ਕਸੂਰ ਨਹੀਂ ਹੁੰਦਾ ਤੇ ਗੁਰਮੇਹਰ ਨੇ ਫਿਰ 2016 ਦੇ ਵਿੱਚ ਇੱਕ ਪੋਸਟਾਂ ਪਾਈਆਂ ਸੀ, ਉਹਦੇ ਵਿੱਚ ਉਹਨੇ ਇਹ ਗੱਲ ਸਾਫ਼ ਕੀਤੀ ਸੀ
ਕਿ ਮੇਰੇ ਬਾਪ ਨੂੰ 1999 ਚ ਪਾਕਿਸਤਾਨ ਨੇ ਨਹੀਂ ਮਾਰਿਆ, ਸਗੋਂ ਮੇਰੇ ਬਾਪ ਨੂੰ ਜੰਗ ਨੇ ਮਾਰਿਆ। ਉਹਦੇ ਵਿਚਾਰ ਕਿਤੇ ਉੱਚੇ ਹੈ। ਆਪਣੀ ਨਿੱਜੀ ਤਕਲੀਫ ਨੂੰ, ਆਪਣੇ ਨਿੱਜੀ ਦੁੱਖ ਨੂੰ ਉਸ ਲੜਕੀ ਨੇ ਕਿੰਨੇ ਸ਼ਾਨਦਾਰ ਲਫ਼ਜ਼ਾਂ ਦੇ ਨਾਲ ਵੀ ਵਿਆਖਿਆ ਕਰਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆਂ ਦੇ ਵਿੱਚੋਂ ਜੰਗਾਂ ਦਾ ਖਾਤਮਾ ਹੋਣਾ ਚਾਹੀਦਾ ਹੈ ਤੇ ਦੁਨੀਆਂ ਨੂੰ ਵਿਕਾਸ ਵਾਸਤੇ, ਆਪਣੀ ਹੋਂਦ ਵਾਸਤੇ ਅਮਨ ਦੀ ਲੋੜ ਹੈ। ਅੱਜ ਤੁਸੀਂ ਦੇਖੋ ਜਿਸ ਕਿਸਮ ਦੇ ਹਾਲਾਤ ਹੈ, ਦੁਨੀਆਂ ਇਸ ਵੇਲੇ ਇੱਕ ਅਜਿਹੀ ਗੱਦੀ ਤੇ ਖੜੀ ਹੈ ਕਿ ਕਿਸੇ ਵੇਲੇ ਵੀ ਇਹ ਪਰਮਾਣੂ ਭੱਠੀ ਦੇ ਵਿੱਚ ਜੱਜ ਖਤਮ ਹੋ ਸਕਦੀ ਹੈ, ਪਰਮਾਣੂ ਦੀ ਭੱਠੀ ਤੇ ਇਹ ਭਸਮ ਹੋ ਸਕਦੀ ਹੈ। ਜਿਵੇਂ ਅਮਰੀਕਾ ਤੇ ਉੱਤਰੀ ਕੋਰੀਆ ਦੋਵੇਂ ਪਰਮਾਣੂ ਸ਼ਕਤੀਆਂ ਇੱਕ ਦੂਜੇ ਦੇ ਖਿਲਾਫ਼ ਖਲੋਤੀ ਹੈ, ਔਰ ਇਹਨਾਂ ਪਰਮਾਣੂ ਸ਼ਕਤੀਆਂ ਨੂੰ ਜੇ ਕੋਈ ਆਪਾਂ ਅਕਲ ਦੀ ਗੱਲ ਕਹੀਏ, ਕਿਤੇ ਗੁਰਮੇਹਰ ਦਾ ਸੁਨੇਹਾ ਉੱਥੇ ਤੱਕ ਪਹੁੰਚ ਜਾਵੇ ਕਿ ਕਦੇ ਦੇਸ਼ ਇੱਕ ਦੂਜੇ ਦੇ ਦੁਸ਼ਮਣ ਨਹੀਂ ਹੁੰਦੇ, ਕਦੇ ਦੇਸ਼ ਨਾਗਰਿਕਾਂ ਦੀਆਂ ਜਾਨਾਂ ਨਹੀਂ ਲੈਂਦੇ, ਸਗੋਂ ਜੰਗਾਂ ਨਾਗਰਿਕਾਂ ਦੀਆਂ ਜਾਨਾਂ ਲੈਂਦੀਆਂ, ਅਸੀਂ ਇਹਦੀ ਲਿਆਕਤ ਦਾ ਕੁੜੀ ਦਾ ਪਤਾ ਕਰ ਸਕਦੇ ਕਿ ਇਹਦੀ ਕਿੰਨੀ ਵੱਡੀ ਲਿਆਕਤ। ਲੇਕਿਨ ਇਸ ਲਿਆਕਤ ਦਾ ਉਹਨੂੰ ਮਿਲਿਆ ਕੀ? ਆਰ ਐਸ ਐਸ ਤੇ ਕੁਝ ਹੋਰ ਜਿੰਨੀਆਂ ਸੀ ਸਿਰਕੂ ਜਥੇਬੰਦੀਆਂ, ਉਹਨਾਂ ਨੇ ਇਸ ਲੜਕੀ ਦਾ ਜੋਣਾ ਦੁੱਬਰ ਕਰਤਾ, ਇਹਨੂੰ ਆਪਣੀ ਪੜ੍ਹਾਈ ਛੱਡ ਕੇ ਜਲੰਧਰ ਆਉਣਾ ਪੈ ਗਿਆ, ਇੱਥੋਂ ਤੱਕ ਕਿ ਇਸ ਲੜਕੀ ਨੂੰ ਬਲਾਤਕਾਰ ਵਰਗੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਹਨਾਂ ਪ੍ਰਸਥਿਤੀਆਂ ਦੇ ਵਿੱਚ ਤੁਸੀਂ ਠੀਕ ਫਰਮਾਇਆ ਕਿ ਦੁਨੀਆਂ ਦਾ ਇੱਕ ਬਹੁਤ ਹੀ ਪ੍ਰਸਿੱਧ ਮੈਗਜ਼ੀਨ, ਉਹ ਮੈਗਜ਼ੀਨ ਹਰ ਸਾਲ ਇੱਕ ਲਿਸਟ ਤਿਆਰ ਕਰਦਾ ਹੈ ਦੁਨੀਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ, ਉਹਨਾਂ ਦੇ ਵਿੱਚ ਜਿਹੜੀ ਐਕਟਿਵ ਉਹਨਾਂ ਨੇ 2017 ਦੀ ਲਿਸਟ ਤਿਆਰ ਕੀਤੀ ਹੈ, 10 ਬੰਦਿਆਂ ਦੀ ਲਿਸਟ ਹੈ ਤੇ ਉਹਨਾਂ 10 ਦੇ ਵਿੱਚ ਗੁਰਮੇਹਰ ਦਾ ਨਾਂ ਵੀ ਹੈ। ਤੇ ਗੁਰਮੇਹਰ ਦਾ ਨਾਂ ਉਹਨਾਂ ਨੇ ਰੱਖਿਆ ਕਿਸ ਅਸੀਂ ਕਹਾਂਗੇ ਸਿੱਕਾ ਵਿੱਚ ਸਬਜੈਕਟ ਦੇ ਵਿੱਚ ਹੈ, ਨੈਕਸਟ ਜਨਰੇਸ਼ਨ ਲੀਡਰ, ਕਿ ਅਗਲੀ ਜਿਹੜੀ ਪੀੜ੍ਹੀ ਹੈ, ਅਗਲੀ ਪੀੜ੍ਹੀ ਦੇ ਲੀਡਰ ਕਿਹੋ ਜਿਹੇ ਲੋਕ ਹੋਣਗੇ, ਉਹਨਾਂ ਦੇ ਵਿੱਚ ਗੁਰਮੇਹਰ ਨੂੰ ਰੱਖਿਆ ਕਿ ਇਹ ਇੱਕ ਲੀਡਰ ਹੋਊਗੀ, ਔਰ ਭਾਰਤ ਦੇ ਵਿੱਚ ਇਹ ਲੜਕੀ ਇਕੱਲੀ ਦੀ ਇਕੱਲੀ ਹੈ। ਹੁਣ ਸਵਾਲ ਇਹ ਹੈ ਕਿ ਇਹ ਸਾਡੀ ਨੈਕਸਟ ਜਨਰੇਸ਼ਨ ਹੈ, ਇਸ ਨੈਕਸਟ ਜਨਰੇਸ਼ਨ ਦੇ ਸਾਹਮਣੇ ਚੁਣੌਤੀਆਂ ਕੀ ਹੈ, ਜਿਹੜੀ ਸਾਡੀ ਨਵੀਂ ਜਿਹੜੀ ਅਗਲੀ ਪੀੜ੍ਹੀ ਦੀ ਲੀਡਰਸ਼ਿਪ ਹੈ, ਉਹਦੇ ਸਾਹਮਣੇ ਸਾਡੇ ਦੇਸ਼ ਦੀਆਂ ਚੁਣੌਤੀਆਂ ਕੀ ਹੈ? ਇਹਨਾਂ ਚੁਣੌਤੀਆਂ ਨੂੰ ਦੇਖਣ ਵਾਸਤੇ ਮੈਂ ਅੱਜ ਤੁਹਾਡੇ ਨਾਲ 2-3 ਮਿਸਾਲਾਂ ਸਾਂਝੀਆਂ ਕਰੂੰਗਾ। ਤਾਜ਼ਾ ਖ਼ਬਰਾਂ ਜਿਹੜੀਆਂ ਦੱਸਦੀਆਂ ਸਾਡੇ ਦੇਸ਼ ਦੀਆਂ, ਉਹ ਬੜੀਆਂ ਹੀ ਭਿਆਨਕ ਤੇ ਬੜੀਆਂ ਖਤਰਨਾਕ ਹੈ। ਸਾਡੀ ਲੀਡਰਸ਼ਿਪ ਵੱਲੋਂ ਸਾਨੂੰ ਇਹ ਦਿਖਾਇਆ ਜਾ ਰਿਹਾ ਕਿ ਡਿਜੀਟਲ ਇੰਡੀਆ, ਜਿਸ ਵਿੱਚ ਡਿਜੀਟਲ ਇੰਡੀਆ ਦੀ ਸਾਨੂੰ ਜਿਹੜੀ ਤਸਵੀਰ ਜਿਸ ਲੀਡਰਸ਼ਿਪ ਵੱਲੋਂ ਦਿਖਾਈ ਜਾ ਰਹੀ ਹੈ, ਇਸ ਲੀਡਰਸ਼ਿਪ ਨੇ ਜਿਸ ਵੇਲੇ ਸਾਡੇ ਦੇਸ਼ ਦਾ ਰਾਜਭਾਗ ਸੰਭਾਲਿਆ, ਉਸ ਵੇਲੇ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਅੱਛੇ ਦਿਨ ਆਉਣੇ ਵਾਲੇ, ਅੱਛੇ ਦਿਨ ਆਉਣ ਦਾ ਸਾਨੂੰ ਦਿਖਾ ਕੇ ਇੱਕ ਸੁਪਨਾ, ਤੇ ਉਸ ਸੁਪਨੇ ਦੇ ਨਾਲ ਜਿਹੜੀ ਲੀਡਰਸ਼ਿਪ ਆਈ ਹੈ, ਉਸ ਲੀਡਰਸ਼ਿਪ ਵਾਲੇ ਪਾਸੇ ਅਸੀਂ ਹੁਣ ਦੇਖੀਏ ਕਿ ਇਸ ਵੇਲੇ ਭਾਰਤ ਦੀ ਹਾਲਤ ਕੀ ਹੈ। ਇੱਕ ਅੰਤਰਰਾਸ਼ਟਰੀ ਖੁਰਾਕ ਨੀਤੀ ਖੋਜ ਦੇ ਮੁਤਾਬਕ ਜੋ ਉਹਨਾਂ ਨੇ ਕੀਤਾ ਹੈ, ਇਸਤਰੀ ਉਹਦਾ ਪੂਰਾ ਨਾਂ, ਉਹਨਾਂ ਨੇ ਜਿਹੜੀ ਸਾਡੀ ਭਾਰਤ ਦੀ ਅਸੈਸਮੈਂਟ ਕੀਤੀ ਹੈ ਕਿ ਭਾਰਤ 119 ਦੇਸ਼ਾਂ ਦੀ ਉਹਨਾਂ ਨੇ ਜਿਹੜੀ ਵਿਸ਼ਲੇਸ਼ਣ ਕੀਤਾ ਉਹਦੇ ਵਿੱਚ 100ਵੇਂ ਥਾਂ ਤੇ ਹੈ, ਤੇ ਪਿਛਲੇ ਵਾਰੇ ਅਸੀਂ 97ਵੇਂ ਥਾਂ ਤੇ ਸੀ, ਹੁਣ ਅਸੀਂ 3 ਅੰਕ ਸਗੋਂ ਹੋਰ ਪਿਛੜ ਕੇ ਥੱਲੇ ਹੋ ਗਏ। ਇਸ ਵੇਲੇ ਅਸੀਂ ਉੱਤਰੀ ਕੋਰੀਆ, ਇਰਾਕ ਤੇ ਬੰਗਲਾਦੇਸ਼ ਤੋਂ ਪਿਛੜੇ ਹੋਏ ਹਾਂ, ਲੇਕਿਨ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਥੋੜਾ ਜਿਹਾ ਅੱਗੇ ਹਾਂ। ਕਿਸ ਮਾਮਲੇ ਦੇ ਵਿੱਚ? ਜਿਹੜੀ ਬੱਚਿਆਂ ਦੇ ਕੁਪੋਸ਼ਣ, ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਹੁੰਦਾ ਹੈ, ਪਾਲਣ ਪੋਸ਼ਣ ਦੇ ਮਾਮਲੇ ਦੇ ਵਿੱਚ ਅਸੀਂ ਇੰਨੇ ਪਿਛੜੇ ਹੋਏ ਹਾਂ ਕਿ 119 ਦੇਸ਼ਾਂ ਦੇ ਵਿੱਚ ਅਸੀਂ 100ਵੇਂ ਨੰਬਰ ਤੇ ਆ ਜਾਂਦੇ ਹਾਂ। ਇਸ ਕੁਪੋਸ਼ਣ ਦਾ ਕਿੱਡਾ ਭੈੜਾ ਹਾਲ ਹੈ ਸਾਡੇ ਸਾਹਮਣੇ, ਇਹਦੀ ਇੱਕ ਮਿਸਾਲ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਲੜਕੀ ਹੈ, ਮੇਰਾ ਖਿਆਲ 27 ਜਾਂ 28 ਦਸੰਬਰ ਨੂੰ ਉਹਦੀ ਮੌਤ ਹੁੰਦੀ ਹੈ ਝਾਰਖੰਡ ਦੇ ਇਲਾਕੇ ਚ। ਝਾਰਖੰਡ ਦਾ ਇੱਕ ਜਿਹੜਾ ਹੈਗਾ ਪਿੰਡ ਹੈ, ਉੱਥੋਂ ਦੇ ਪਿੰਡ ਦੇ ਵਿੱਚ ਉਸ ਲੜਕੀ ਦੀ ਇਸ ਕਰਕੇ ਮੌਤ ਹੋ ਗਈ ਕਿਉਂਕਿ ਉਹਦੇ ਕੋਲੇ ਖਾਣ ਵਾਸਤੇ ਰਾਸ਼ਨ ਨਹੀਂ ਸੀ। ਪਿੰਡ ਦਾ ਨਾਂ ਹੈ ਜੀ ਕਾਰੀ ਮਾਟੀ, ਬਲਾਕ ਹੈ ਜਲਡੇਗਾ, ਤੇ ਜ਼ਿਲ੍ਹਾ
ਸਿਮਡੇਗਾ। 11 ਵਰਿਆਂ ਦੀ ਕੁੜੀ ਦਾ ਨਾਂ ਸੰਤੋਸ਼ੀ ਹੈ ਤੇ ਇਹਨਾਂ ਦਾ ਸਾਰਾ ਜਿਹੜਾ ਦਾਰੋ ਮਦਾਰ ਹੈ, ਕਿਉਂਕਿ ਬਾਪ ਇਹਦਾ ਪੇਸ਼ੈਂਟ ਹੈ, ਮਾਂ ਜਿਹੜੀ ਹੈਗੀ ਹੈ ਲੋਕਾਂ ਦੇ ਘਰੇ ਮਾੜਾ ਮੋਟਾ ਕੰਮ ਧੰਦਾ ਕਰਦੀ ਹੈ ਤੇ ਮੁੱਖ ਤੌਰ ਦੇ ਉੱਤੇ ਇਹਦਾ ਇਹ ਪਰਿਵਾਰ ਦਾ ਪਾਲਣ ਪੋਸ਼ਣ ਹੈ ਜਿਹੜਾ ਉਹ ਪੀਡੀਐਸ ਤੇ ਹੈ, ਪੀਪਲ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹੜਾ ਜਿਹਨੂੰ ਅਸੀਂ ਜਨਤਕ ਵੰਡ ਪ੍ਰਣਾਲੀ ਕਹਿ ਦਿੰਦੇ ਹਾਂ। ਇਸ ਸਿਸਟਮ ਦੇ ਰਾਹੀਂ ਜਿਹੜਾ ਅਨਾਜ ਮਿਲਦਾ ਹੈ ਉਸ ਅਨਾਜ ਦੇ ਰਾਹੀਂ ਇਹ ਆਪਣਾ ਜੀਵਨ ਬਸਰ ਕਰਦੇ ਸੀ। ਪਿਛਲੇ 8 ਮਹੀਨਿਆਂ ਤੋਂ ਇਸ ਪਰਿਵਾਰ ਦਾ ਰਾਸ਼ਨ ਹੈ ਜਿਹੜਾ ਉਹ ਬੰਦ ਕੀਤਾ ਹੋਇਆ ਸੀ, ਇਹਨਾਂ ਨੂੰ ਰਾਸ਼ਨ ਮਿਲ ਨਹੀਂ ਰਿਹਾ ਸੀ ਜਿਹੜਾ ਸਰਕਾਰੀ ਰੇਟ ਤੇ ਕੰਟਰੋਲ ਰੇਟ ਤੇ ਮਿਲ ਰਿਹਾ। ਕਿਉਂ ਨਹੀਂ ਮਿਲ ਰਿਹਾ ਸੀ? ਕਿਉਂਕਿ ਇਹਨਾਂ ਦੇ ਪਰਿਵਾਰ ਦੇ ਕੋਲੇ ਆਧਾਰ ਕਾਰਡ ਹੈ ਨਹੀਂ ਸੀ ਔਰ ਡੀਪੂ ਹੋਲਡਰ ਨੇ ਸਰਕਾਰੀ ਹਦਾਇਤਾਂ ਮੁਤਾਬਕ ਇਹਨਾਂ ਦੇ ਰਾਸ਼ਨ ਕਾਰਡ ਨੂੰ ਰੱਦ ਕਰ ਦਿੱਤਾ ਵੀ ਕਿਉਂਕਿ ਤੁਹਾਡਾ ਰਾਸ਼ਨ ਕਾਰਡ ਆਧਾਰ ਪ੍ਰਣਾਲੀ ਦੇ ਨਾਲ ਨਹੀਂ ਜੁੜਿਆ ਹੋਇਆ, ਆਧਾਰ ਦੇ ਨੰਬਰ ਨਾਲ ਨਹੀਂ ਜੁੜਿਆ ਹੋਇਆ। ਸੁਖਨੈਤ ਜੀ, ਤੁਹਾਨੂੰ ਪਤਾ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਚੱਲਦਾ, ਦੁਪਹਿਰ ਦਾ ਖਾਣਾ ਮਿਲਦਾ ਹੈ। ਇੱਕ ਵੀ ਸਕੂਲ ਜਾਂਦੀ ਸੀ, ਰਾਸ਼ਨ ਨਾ ਮਿਲਣ ਦੇ ਬਾਵਜੂਦ ਥੋੜਾ ਬਹੁਤ ਜਿਹੜੀ ਖੁਰਾਕ ਸਕੂਲ ਚ ਮਿਲ ਜਾਂਦੀ ਸੀ ਉਹਦੇ ਨਾਲ ਇਹ ਆਪਣਾ ਜੀਵਨ ਬਸਰ ਕਰਦੀ ਸੀ, ਆਪਣੇ ਪੇਟ ਦੀ ਭੁੱਖ ਬੁਝਾਉਂਦੀ ਸੀ। ਲੇਕਿਨ ਦੁਰਗਾ ਪੂਜਾ ਦੀ ਵਜ੍ਹਾ ਕਾਰਨ, ਕਿਉਂਕਿ ਸਕੂਲ ਦੇ ਵਿੱਚ ਛੁੱਟੀਆਂ ਸੀ, ਇਸ ਕਰਕੇ ਘਰੇ ਰਹਿਣ ਤੇ ਮਜ਼ਬੂਰ ਹੋ ਗਿਆ, ਘਰੇ ਰਾਸ਼ਨ ਹੈ ਨਹੀਂ। ਕਈ ਦਿਨਾਂ ਦੀ ਭੁੱਖੀ ਸੀ, ਰੋਣ ਲੱਗੀ, ਮਾਂ ਨੂੰ ਕਹਿੰਦੀ ਪੇਟ ਚ ਦਰਦ ਹੁੰਦਾ ਹੈ, ਮਾਂ ਕਿਸੇ ਡਾਕਟਰ ਕੋਲੇ ਲੈ ਕੇ ਗਈ, ਡਾਕਟਰ ਨੇ ਦੇਖਿਆ, ਕਹਿੰਦਾ ਵੀ ਨਹੀਂ ਕੁੜੀ ਤਾਂ ਭੁੱਖੀ ਹੈ। ਉਹ ਕਹਿੰਦੀ ਮੈਨੂੰ ਕੁਛ ਖਾਣ ਨੂੰ ਦਿਓ। ਮਾਂ ਕੋਲ ਕੁਛ ਹੈ ਨਹੀਂ ਸੀ, ਮਾਂ ਨੇ ਨਮਕ ਤੇ ਚਾਹ ਪੱਤੀ ਦਾ ਕਾੜਾ ਬਣਾ ਕੇ ਦੇਣ ਦਾ ਯਤਨ ਕੀਤਾ, ਉਦੋਂ ਤੱਕ ਉਹ ਲੜਕੀ ਖਤਮ ਹੋ ਗਈ। ਉਹ ਤੋਂ ਪਹਿਲਾਂ ਮਾਂ ਡਿਪਟੀ ਕਮਿਸ਼ਨਰ ਦੇ 2 ਵਾਰ ਪੇਸ਼ ਹੋਈ, ਦੋਨੋ ਵਾਰ ਪੇਸ਼ ਹੋ ਕੇ ਦੱਸਿਆ ਕਿ ਸਾਡੇ ਪਰਿਵਾਰ ਨੂੰ ਰਾਸ਼ਨ ਨਹੀਂ ਮਿਲ ਪਿਆ, ਸਾਡਾ ਰਾਸ਼ਨ ਸ਼ੁਰੂ ਕਰਵਾ ਦਿਓ। ਲੇਕਿਨ ਡਿਪਟੀ ਕਮਿਸ਼ਨਰ ਨੇ ਉਧਰ ਧਿਆਨ ਨਹੀਂ ਦਿੱਤਾ। ਹੁਣ ਜਦੋਂ ਉਸ ਲੜਕੀ ਦੀ ਮੌਤ ਹੋ ਗਈ ਔਰ ਇਹ ਖਬਰ ਜਿਹੜੀ ਹੈਗੀ ਆ ਮੀਡੀਆ ਦੀਆਂ ਸੁਰਖੀਆਂ ਬਣ ਗਿਆ, ਤਾਂ ਉਹ ਤੋਂ ਬਾਅਦ ਮੁੱਖ ਮੰਤਰੀ ਨੇ ਹੁਣ ਕਹਿਤਾ ਕਿ 24 ਘੰਟਿਆਂ ਚ ਪੜਤਾਲ ਕਰਕੇ ਦੱਸੋ ਕਿ ਦੋਸ਼ੀ ਕੌਣ ਹੈ। ਡਿਪਟੀ ਕਮਿਸ਼ਨਰ ਕਹਿੰਦਾ ਉਸ ਜ਼ਿਲ੍ਹੇ ਦਾ, ਕਹਿੰਦਾ ਜੀ ਇਸ ਲੜਕੀ ਦੀ ਜਿਹੜੀ ਮੌਤ ਹੋਈ ਹੈ ਉਹ ਮੌਤ ਤੁਹਾਡੀ ਡੇਂਗੂ ਨਾਲ ਹੋਈ ਹੈ ਜੀ। ਲੇਕਿਨ ਲੜਕੀ ਨੂੰ ਬੁਖਾਰ ਹੈ ਨੀ, ਡੇਂਗੂ ਕਿੱਥੋਂ ਹੋ ਗਿਆ, ਮਲੇਰੀਆ ਕਿੱਥੋਂ ਹੋ ਗਿਆ? ਇਸ ਕਾਰਨ ਮਤਲਬ ਵੀ ਡਿਪਟੀ ਕਮਿਸ਼ਨਰ ਨੇ ਜਿਹੜੀ ਆਪਦੀ ਅਸਫਲਤਾ ਹੈ, ਜਿਹੜੀ ਉਹਦੀ ਡਿਊਟੀ ਬਣਦੀ ਸੀ ਕਿ ਜਦੋਂ ਉਹਨਾਂ ਦਾ ਰਾਸ਼ਨ ਬੰਦ ਹੋ ਗਿਆ ਸੀ ਰਾਸ਼ਨ ਸ਼ੁਰੂ ਕਰਵਾਵੇ, ਉਹਨੂੰ ਉਹਨੇ ਤੇ ਪਰਦਾ ਪਾਉਣ ਵਾਸਤੇ ਕੁਛ ਕੀਤਾ। ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਦੇਸ਼ ਦੀ ਹਾਲਤ ਪੁਰਾਣੀ ਲੀਡਰਸ਼ਿਪ ਦੇ ਹੁੰਦਿਆਂ ਕਿਹੋ ਜਿਹੀ ਹੈ ਤੇ ਨਵੀਂ ਲੀਡਰਸ਼ਿਪ ਦੇ ਸਾਹਮਣੇ ਕਿਹੋ ਜਿਹੀਆਂ ਚੁਣੌਤੀਆਂ ਹੈ। ਅਰ ਜੇ ਇਸ ਵੇਲੇ ਅਸੀਂ ਦੇਖੀਏ ਤੇ ਇਹਨਾਂ ਚੁਣੌਤੀਆਂ ਨਾਲ 2-4 ਹੋਣ ਵਾਲੀ ਗੁਰਮੇਹਰ ਸਿਖਰ ਦੇ ਉੱਤੇ ਹੈ, ਲੇਕਿਨ ਕੁਝ ਲੋਕ ਹੋਰ ਵੀ ਹੈ। ਗੁਰਮੇਹਰ ਨੇ ਜਿਹੜਾ ਮਾਮਲਾ ਉਠਾਇਆ, ਗੁਰਮੇਹਰ ਨੇ ਉਹ ਮਾਮਲਾ ਉਠਾਇਆ ਜਿਹੜਾ ਮਾਮਲਾ ਜ਼ਾਰਾ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਮਿਡਲ ਕਲਾਸ ਦੇ ਜਿਹੜੇ ਹੈਗੇ ਹੈ ਮੈਂਬਰ ਜਾਂ ਮਿਡਲ ਕਲਾਸ ਨਾਲ ਸੰਬੰਧਿਤ ਜਿਹੜੇ ਲੋਕ ਹੈ ਜਿਹੜੇ ਉਹਨਾਂ ਦੀ ਲੋੜ ਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ। ਮਿਸਾਲ ਦੇ ਤੌਰ ਤੇ ABP ਹੈ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਇਹਨੇ ਸਾਡੀ ਜਿਹੜੀ ਹੈਗੀ ਹੈ ਸਜ਼ਾ ਦੇ ਵਿੱਚ ਫਿਰਕੂ ਜ਼ਹਿਰ ਭਰਨਾ ਸ਼ੁਰੂ ਕੀਤਾ, ਔਰ ਉਸ ਫਿਰਕੂ ਜ਼ਹਿਰ ਦਾ ਅਹਿਸਾਸ ਉਹਨਾਂ ਨੂੰ ਹੋ ਸਕਦਾ ਹੈ ਜਿਹੜੇ ਥੋੜੇ ਸੁਚੇਤ ਹੈ। ਲੇਕਿਨ ਜਿਹਨਾਂ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਆ, ਜਿਵੇਂ ਆਪਾਂ ਝਾਰਖੰਡ ਦੀ ਗੱਲ ਕੀਤੀ ਹੋਈ ਹੈ, ਉਹਨਾਂ ਵਿਚਾਰਿਆਂ ਨੂੰ ਉਸ ਤਰ੍ਹਾਂ ਦਾ ਨਹੀਂ ਪਤਾ। ਇੱਕ ਤਬਕੇ ਦੀ ਲੀਡਰਸ਼ਿਪ ਜਿਹੜੀ ਹੁਣੇ ਇਹਨਾਂ ਨੇ ਟਾਈਮ ਮੈਗਜ਼ੀਨ ਨੇ ਜਿਵੇਂ ਨੈਕਸਟ ਜਨਰੇਸ਼ਨ ਦੇ ਤੌਰ ਤੇ ਉੱਤੇ ਗਿਣਿਆ, ਉਹ ਗੁਰਮੇਹਰ ਨੂੰ ਗਿਣ ਲਿਆ। ਲੇਕਿਨ ਜਿਹੜੀ ਹੋਰ ਲੀਡਰਸ਼ਿਪ ਵੀ ਪੈਦਾ ਹੋ ਰਹੀ ਹੈ ਭਾਰਤ ਦੇ ਸੰਦਰਭ ਦੇ ਵਿੱਚ ਆਪਾਂ ਦੇਖੀਏ, ਤਾਂ ਉਹਦੇ ਤੇ ਵੀ ਸਾਨੂੰ ਧਿਆਨ ਮਾਰਨਾ ਪੈਣਾ। ਤੁਸੀਂ ਦੇਖਿਆ ਹੋਣਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਇੱਕ ਅਚਨਚੇਤ ਬੰਦਾ ਪ੍ਰਗਟ ਹੁੰਦਾ ਹੈ ਦੇਸ਼ ਦੇ ਰਾਜਸੀ ਨਕਸ਼ੇ ਤੇ, ਉਦੋਂ ਜਦੋਂ ਇੱਕ ਮਾਮਲੇ ਦਾ ਕੇਸ ਰਜਿਸਟਰ ਹੁੰਦਾ ਹੈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਮਾਮਲਾ ਕੀ ਸੀ? ਮਾਮਲਾ ਇਹ ਸੀ ਕਿ ਕੁਝ ਕਸ਼ਮੀਰੀ ਨੌਜਵਾਨਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਇੱਕ ਫੰਕਸ਼ਨ ਕੀਤਾ, ਉਸ ਫੰਕਸ਼ਨ ਦੇ ਵਿੱਚ ਉਹਨਾਂ ਨੇ ਕਸ਼ਮੀਰੀ ਲੋਕਾਂ ਨੂੰ ਜੋ ਸਮੱਸਿਆ ਨਾਲ ਦਰਪੇਸ਼ ਹੈ ਉਹਨਾਂ ਬਾਰੇ ਚਾਨਣਾ ਪਾਇਆ। ਆੜਸ ਸਿਸਟਮ ਉਹਨਾਂ ਨਾਲ ਝਗੜਾ ਹੋ ਗਿਆ, ਝਗੜਾ ਵਧਣ ਦੇ ਉੱਤੇ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟਸ ਯੂਨੀਅਨ ਹੈ ਉਹਦੇ ਇਲੈਕਟਡ ਪ੍ਰੈਜੀਡੈਂਟ ਨੂੰ ਬੁਲਾਇਆ ਕਿ ਤੁਹਾਡੇ ਬੰਦੇ ਦਾ ਝਗੜਾ ਹੁੰਦਾ। ਇਲੈਕਟਡ ਪ੍ਰੈਜੀਡੈਂਟ ਕਨਹੱਈਆ ਕੁਮਾਰ ਨੇ ਵਿੱਚ ਪੈ ਕੇ ਮਾਮਲੇ ਨੂੰ ਨਿਪਟਾਤਾ। ਲੇਕਿਨ ਕਿਉਂਕਿ ਜਿਹੜੀ ਕਮਿਊਨਲਿਜ਼ਮ ਹੈ ਕਿੱਥੋਂ ਤੱਕ ਜਾਂਦਾ ਹੈ, ਇੱਕ ਟੀਵੀ ਚੈਨਲ ਨੇ ਜੰਮੂ ਕਸ਼ਮੀਰ ਦੀਆਂ ਕੁਝ ਜਿਹੜੀਆਂ ਹੈਗੀਆਂ ਸੀ ਵੀਡੀਓ ਉਹਨਾਂ ਨੂੰ ਵਿੱਚ ਕੱਟ ਵੱਢ ਕਰਕੇ ਇਸ ਤਰ੍ਹਾਂ ਪਾਤਾ ਕਿ ਭਾਰਤ ਵਿਰੋਧੀ ਨਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਲੱਗੇ ਹੈ
ਇੱਕ ਕੇਸ ਰਜਿਸਟਰ ਹੋਇਆ ਜਿਹਦੇ ਵਿੱਚ ਕਨ੍ਹੱਈਆ ਕੁਮਾਰ ਵੀ ਗ੍ਰਿਫ਼ਤਾਰ ਹੋਇਆ। ਕਨ੍ਹੱਈਆ ਕੁਮਾਰ ਗ੍ਰਿਫ਼ਤਾਰ ਹੋਇਆ, ਕਨ੍ਹੱਈਆ ਕੁਮਾਰ ਤੇ ਅਦਾਲਤ ਹਮਲੇ ਹੋਏ ਔਰ ਉਹਨੂੰ ਜੇਲ੍ਹ ਚ ਭੇਜਿਆ। ਉਦੋਂ ਮਤਲਬ ਹੈ ਵੀ ਭਾਰਤ ਦੇ ਰਾਜਸੀ ਨਕਸ਼ੇ ਦੇ ਉੱਤੇ ਉਸ ਬੰਦੇ ਦਾ ਨਾਂ ਆਇਆ ਕਿ ਕਨ੍ਹੱਈਆ ਕੁਮਾਰ ਵੀ ਕੋਈ ਹੈ। ਲੇਕਿਨ ਬਾਅਦ ਦੇ ਵਿੱਚ ਕਨ੍ਹੱਈਆ ਕੁਮਾਰ ਜਦੋਂ ਅਦਾਲਤ ਚ ਰਿਹਾ ਹੁੰਦਾ ਹੈ, ਰਿਹਾ ਹੋਣ ਤੋਂ ਬਾਅਦ ਉਹਦਾ ਇੱਕ ਬੜਾ ਇਤਿਹਾਸਕ ਭਾਸ਼ਣ ਹੈ। ਉਸ ਇਤਿਹਾਸਕ ਭਾਸ਼ਣ ਦੇ ਰਾਹੀਂ ਉਹ ਕੀ ਕਹਿੰਦਾ ਕਿ ਜੇਲ੍ਹ ਦੇ ਵਿੱਚ ਮੈਨੂੰ ਇੱਕ ਥਾਲੀ ਮਿਲਦੀ ਹੈ, ਉਸ ਥਾਲੀ ਦੇ ਵਿੱਚ ਦੋ ਕੌਲੀਆਂ, ਇੱਕ ਕੌਲੀ ਲਾਲ ਰੰਗ ਦੀ ਹੈ ਤੇ ਇੱਕ ਕੌਲੀ ਨੀਲੇ ਰੰਗ ਦੀ ਹੈ। ਥਾਲੀ ਉਹ ਕਹਿੰਦਾ ਮੈਂ ਥਾਲੀ ਨੂੰ ਮੈਂ ਦੇਖਦਾ ਵੀ ਉਹ ਭਾਰਤ ਹੈ, ਨੀਲਾ ਰੰਗ ਜਿਹੜਾ ਹੈਗਾ ਉਹ ਦਲਿਤ ਭਾਈਚਾਰੇ ਦਾ ਹੈ, ਲਾਲ ਰੰਗ ਜਿਹੜਾ ਹੈਗਾ ਉਹ ਇਨਕਲਾਬੀਆਂ ਦਾ ਹੈ। ਕਾਸ਼ ਕਹਿੰਦਾ ਭਾਰਤ ਦਾ ਸੰਕਟ ਕੱਟਣ ਵਾਸਤੇ ਜੇ ਨੀਲਾ ਤੇ ਲਾਲ ਰੰਗ ਇਕੱਠੇ ਹੋ ਜਾਣ ਤੇ ਭਾਰਤ ਦਾ ਨਕਸ਼ਾ ਹੀ ਬਦਲ ਸਕਦਾ ਹੈ। ਇਹ ਥਿਉਰੀ ਜਦੋਂ ਉਸ ਬੰਦੇ ਨੇ ਦਿੱਤੀ ਵੀ ਦਲਿਤ ਭਾਈਚਾਰਾ ਪਲੱਸ ਗਰੀਬ ਗੁਰਬਾ ਜਿਹੜੀਆਂ ਇਨਕਲਾਬੀ ਸ਼ਕਤੀਆਂ, ਜੇ ਇਹ ਮਿਲ ਕੇ ਇਸ ਮੁਲਕ ਦੇ ਵਿੱਚ ਸਟਰਗਲ ਕਰਨ ਤਾਂ ਇਸ ਮੁਲਕ ਦਾ ਪਾਰ ਉਤਾਰਾ ਹੋ ਸਕਦਾ ਹੈ। ਔਰ ਜਿਸ ਤਰ੍ਹਾਂ ਫਿਰ ਕਨ੍ਹੱਈਆ ਦੇਸ਼ ਦੇ ਵੱਖ ਵੱਖ ਹਿੱਸੇ ਚ ਨਿਕਲਿਆ, ਜਿਵੇਂ ਲੋਕਾਂ ਨੇ ਉਹਨੂੰ ਸੁਣਿਆ, ਜਿਸ ਤਰ੍ਹਾਂ ਕਨ੍ਹੱਈਏ ਦਾ ਵਿਰੋਧ ਹੋਇਆ, ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਉਹਦੀਆਂ ਵੀਡੀਓਜ਼ ਨੂੰ, ਉਹਦੇ ਭਾਸ਼ਣਾਂ ਦੀਆਂ ਵੀਡੀਓਜ਼ ਨੂੰ ਲੋਕਾਂ ਨੇ ਰਿਸਪੋਂਸ ਦਿੱਤਾ, ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਨਿੱਕੀ ਜਿਹੀ ਚਿੰਗਿਆਰੀ ਨੇ ਜਿਹੜਾ ਲੀਡਰ ਬਹੁਤ ਛੁਪਿਆ ਹੋਇਆ ਸੀ ਸਾਡੇ ਸਾਹਮਣੇ ਕਿਵੇਂ ਇਹਨੂੰ ਐਕਸਪੋਜ਼ ਕੀਤਾ। ਔਰ ਉਹਦੀ ਇਸ ਵੇਲੇ ਦੇਸ਼ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਇਨਕਲਾਬੀ ਚੇਤਨਾ ਲਾਉਣ ਦੇ ਵਿੱਚ ਉਸ ਬੰਦੇ ਦੀ ਕਿੰਨੀ ਵੱਡੀ ਭੂਮਿਕਾ ਹੈ। ਜਿਵੇਂ ਹੁਣ ਤੁਸੀਂ ਦੇਖੋ ਗੁਰਮੇਹਰ ਨੈਕਸਟ ਲੀਡਰਸ਼ਿਪ, ਗੁਰਮੇਹਰ ਜਿਹੜੀ ਹਿਊਮਨ ਰਾਈਟਸ ਦੀ ਜਿਹੜੀ ਵਿਚਾਰਾਂ ਦੇ ਪ੍ਰਗਟਾਵੇ ਦੀ ਮਗਈ ਹੈ, ਕਨ੍ਹੱਈਆ ਕੁਮਾਰ ਜਿਹੜਾ ਦਲਿਤ ਰੈਵੋਲਿਊਸ਼ਨਰੀ, ਉਹਨਾਂ ਦੋਨਾਂ ਨੂੰ ਇਕੱਠਿਆਂ ਕਰਕੇ ਮੁਲਕ ਦਾ ਪਾਰ ਉਤਾਰਾ ਦੇਖਦਾ ਹੈ। ਤੇ ਇੱਕ ਹੋਰ ਦੇਖੋ ਤੁਸੀਂ ਗੁਜਰਾਤ ਦੇ ਵਿੱਚ, ਉਹਦਾ ਨਾਂ ਹਾਰਦਿਕ ਪਟੇਲ। ਹਾਰਦਿਕ ਪਟੇਲ ਜਿਹੜਾ ਪਛੜੇ ਲੋਕਾਂ ਦਾ, ਪਛੜੇ ਲੋਕਾਂ ਦਾ ਦਰਦ ਕੀ ਹੈ, ਪਛੜੇ ਲੋਕਾਂ ਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਸੂਬੇ ਦਾ ਲਗਾਤਾਰ ਤਿੰਨ ਵਾਰੀ ਮੁੱਖ ਮੰਤਰੀ ਰਹਿਣ ਵਾਲਾ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਔਰ ਜਿਹਦੇ ਸਾਹਮਣੇ ਗੁਜਰਾਤ ਦੇ ਵਿੱਚ ਕੋਈ ਬੰਦਾ ਅੱਖ ਚੱਕ ਕੇ ਝਾਕਣ ਦਾ ਹੌਸਲਾ ਨਾ ਕਰ ਸਕਦਾ ਹੋਵੇ, ਉਸ ਸੂਬੇ ਦੇ ਵਿੱਚ ਉਹਦੀ ਸਰਕਾਰ ਦੇ ਖਿਲਾਫ, ਉਹਦੀ ਸੂਬਾਈ ਸਰਕਾਰ ਦੇ ਖਿਲਾਫ ਇੱਕ ਬੰਦਾ ਉੱਠ ਕੇ ਐਜੀਟੇਸ਼ਨ ਕਰਦਾ ਹੈ, ਔਰ ਉਹ ਸਾਰੇ ਪੱਟੀਦਾਰ ਪਟੇਲਾਂ ਨੂੰ ਆਰਗਨਾਈਜ਼ ਕਰਦਾ ਹੈ, ਤੇ ਸਰਕਾਰ ਨੂੰ ਇੰਨੀ ਜ਼ਿਆਦਾ ਉਹਦੇ ਤੋਂ ਦਹਿਸ਼ਤ ਜਿਹਦਾ ਹੁੰਦੇ ਅਸੀਂ ਦੇਖਦੇ ਹਾਂ, ਜਦੋਂ ਉਹਦੇ ਖਿਲਾਫ ਮੁਕੱਦਮੇ ਦਰਜ ਕਰਵਾਏ ਜਾਂਦੇ ਹੈ, ਤੇ ਮੁਕੱਦਮੇ ਦਰਜ ਕਰਵਾਉਣ ਤੋਂ ਬਾਅਦ ਫਿਰ ਉਸ ਬੰਦੇ ਨੂੰ ਅੰਦਰ ਸੁੱਟਿਆ ਜਾਂਦਾ ਹੈ, ਉਹਦੀ ਜ਼ਮਾਨਤ ਹੁੰਦੀ ਹੈ, ਸਰਕਾਰ ਜ਼ਮਾਨਤ ਦਾ ਵਿਰੋਧ ਕਰਦੀ ਹੈ, ਔਰ ਉਸ ਵਿਰੋਧ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਸਰਕਾਰ ਪਾਬੰਦੀ ਲਾਉਂਦੀ ਹੈ ਕਿ ਉਹ ਬੰਦਾ 6 ਮਹੀਨੇ ਜਾਂ ਕੁਛ ਹੋਰ ਸਮਾਂ ਗੁਜਰਾਤ ਦੇ ਵਿੱਚ ਦਾਖਲ ਨਹੀਂ ਹੋਊਗਾ, ਤੇ ਉਹ ਬੰਦਾ ਗੁਜਰਾਤ ਦਾਖਲ ਨਹੀਂ ਹੋ ਸਕਦਾ। ਤੇ ਇਸ ਵੇਲੇ ਜਦੋਂ ਗੁਜਰਾਤ ਦੀਆਂ ਚੋਣਾਂ ਹੋ ਰਹੀਆਂ, ਉਹਨਾਂ ਚੋਣਾਂ ਦੇ ਵਿੱਚ ਉਸ ਬੰਦੇ ਦੀ ਭੂਮਿਕਾ ਜਿੰਨੀ ਸਾਨੂੰ ਹੁਣ ਦਿਖਦੀ ਹੈ, ਉਹਦੇ ਤੋਂ ਲੱਗਦਾ ਇਹ ਹੈ ਕਿ ਇੱਕ ਜਿਹੜੀ ਨਵੀਂ ਜਨਰੇਸ਼ਨ ਸਾਡੇ ਸਾਹਮਣੇ ਆ ਰਹੀ ਹੈ, ਪੁਰਾਣੀ ਜਨਰੇਸ਼ਨ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਬਹੁਤ ਵੱਡੀ ਚੁਣੌਤੀ ਦੇ ਰੂਪ ਵਿੱਚ ਸਵੀਕਾਰਦੀ ਹੋਈ ਉਹਦਾ ਮੁਕਾਬਲਾ ਕਰਦੀ ਹੈ। ਔਰ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਲੈ ਕੇ ਜਾਊਂ, ਕਿਉਂਕਿ ਗੁਜਰਾਤ ਦਾ ਮਾਮਲਾ ਹੈ। ਗੁਜਰਾਤ ਨੂੰ ਜੇ ਅਸੀਂ ਦੇਖੀਏ ਤਾਂ ਗੁਜਰਾਤ ਨੂੰ ਇਹ 2002 ਦਾ ਮੁਸਲਿਮ ਕਤਲੇਆਮ ਹੁੰਦਾ ਹੈ, ਫਿਰ ਤੁਸੀਂ ਇਹ ਦੇਖੋ ਕਿ ਪਛੜੇ ਤੇ ਜੋ ਗਰੀਬ ਲੋਕ ਹੈ ਉਹਨਾਂ ਨੂੰ ਕਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਦਾ ਪ੍ਰਗਟਾਵਾ ਸਭ ਤੋਂ ਪਹਿਲਾਂ ਗੁਜਰਾਤ ਵਿੱਚ ਹੀ ਉਦੋਂ ਹੁੰਦਾ ਹੈ ਜਦੋਂ ਗਰੀਬ ਤਬਕੇ ਨਾਲ ਸੰਬੰਧਿਤ ਕੁਝ ਲੋਕ, ਕੁਝ ਨੌਜਵਾਨ ਇੱਕ ਮਰੀ ਹੋਈ ਗਾਂ ਨੂੰ ਪਾਸੇ ਰੱਖ ਕੇ ਖੇਤ ਦੇ ਵਿੱਚ ਉਹਦੀ ਖੱਲ ਲਾ ਰਹੇ ਹੁੰਦੇ ਆ, ਜਿਹੜੀ ਕਿ ਉਹਨਾਂ ਦੀ ਡਿਊਟੀ ਹੈ, ਜਿਹਦੇ ਲਾਉਣ ਲਈ ਪਾਬੰਦ ਹੈ, ਤੇ ਉਹਨਾਂ ਨੂੰ ਫਿਰ ਕਿਵੇਂ ਫੜਿਆ ਜਾਂਦਾ, ਫੜ ਕੇ ਉਹਨਾਂ ਤੇ ਕੁਟਾਪਾ ਚੜਿਆ ਜਾਂਦਾ, ਉਹਨਾਂ ਨੂੰ ਗੱਡੀ ਦੇ ਵਿੱਚ ਅੰਦਰ ਬੰਨਿਆ ਜਾਂਦਾ, ਫਿਰ ਉਹਨਾਂ ਨੂੰ ਉਹਨਾਂ ਦਾ ਜਲੂਸ ਕੱਢਿਆ ਜਾਂਦਾ ਸ਼ਹਿਰ ਦੇ ਵਿੱਚ, ਔਰ ਉਹ ਤੋਂ ਬਾਅਦ ਫਿਰ ਦੁਨੀਆਂ ਨੂੰ ਪਤਾ ਲੱਗਦਾ ਕਿ ਗੁਜਰਾਤ ਦੇ ਵਿੱਚ ਕੀ ਹੋ ਰਿਹਾ ਹੈ। ਗਊ ਰੱਖਿਆ ਦੇ ਨਾਂ ਦੇ ਉੱਤੇ, ਗਊ ਦੇ ਰਾਖਿਆ ਵੱਲੋਂ, ਕਥਿਤ ਰਾਖਿਆ ਵੱਲੋਂ ਆਮ ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਠਿੱਠ ਤੇ ਬਰਾਂਡ ਕੀਤਾ ਜਾਂਦਾ ਹੈ, ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਿੰਨਾ ਖਿਲਵਾੜ ਕੀਤਾ ਜਾਂਦਾ ਹੈ, ਉਹਦੇ ਤੋਂ ਫਿਰ ਇੱਕ ਨਵਾਂ ਅੰਦੋਲਨ ਸ਼ੁਰੂ ਹੁੰਦਾ ਹੈ, ਔਰ ਉਹ ਅੰਦੋਲਨ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਉਹਦਾ ਜਿਹੜਾ ਹੈਗਾ ਅਸਰ ਪੈਂਦਾ ਹੈ, ਔਰ ਪੂਨੇ ਤੋਂ ਲੈ ਕੇ ਅਹਿਮਦਾਬਾਦ ਤੱਕ ਇੱਕ ਮਾਰਚ ਹੁੰਦਾ ਹੈ, ਜਿਸ ਮਾਰਚ ਦੇ ਵਿੱਚ ਕਨ੍ਹੱਈਆ ਵੀ ਸ਼ਾਮਿਲ ਹੁੰਦਾ ਹੈ, ਔਰ ਉਹਦੇ ਵਿੱਚ ਨਵੀਂ ਲੀਡਰਸ਼ਿਪ ਜਿਹੜੀ ਹੈਗੀ ਹੈ ਉਸ ਗਰੀਬ ਭਾਈਚਾਰੇ ਦੇ ਵਿੱਚ ਪੈਦਾ ਹੋਈ ਉਹ ਵੀ ਹੁੰਦੀ ਹੈ। ਸੋ ਅਸੀਂ ਕਹਿ ਸਕਦੇ ਕਿ ਗੁਰਮੇਹਰ ਦੇ ਰੂਪ ਵਿੱਚ
ਸਾਡੇ ਸਾਹਮਣੇ ਇੱਕ ਜਿਹੜਾ ਆਈਕਨ ਆਇਆ ਗੁਰਮੇਹਰ ਦੇ ਰੂਪ ਦੇ ਵਿੱਚ, ਕੌਮਾਂਤਰੀ ਮੈਗਜ਼ੀਨ ਨੇ ਇੱਕ ਲੀਡਰ ਲੱਭੀ ਹੈ, ਅਗਲੀ ਜਨਰੇਸ਼ਨ ਦੇ ਰੂਪ ਵਿੱਚ ਲੀਡਰ ਲੱਭੀ ਹੈ, ਉਹਦੇ ਨਾਲ ਇੱਕ ਲੀਡਰਸ਼ਿਪ ਦਾ ਨਵਾਂ ਉਭਾਰ ਇੰਡੀਆ ਦੇ ਵਿੱਚ ਹੋਰ ਹੋ ਰਿਹਾ ਹੈ, ਔਰ ਇਹ ਉਭਾਰ ਮੈਂ ਸਮਝਦਾ ਜੇ ਠੀਕ ਦਿਸ਼ਾ ਦੇ ਵਿੱਚ ਚਲਾ ਜਾਂਦਾ ਹੈ ਔਰ ਇਸ ਕਿਸਮ ਦੀ ਲੀਡਰਸ਼ਿਪ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ, ਤਾਂ ਕਾਫੀ ਹੱਦ ਤੱਕ ਜਿਹੜੀਆਂ ਦੇਸ਼ ਦੇ ਸਾਹਮਣੇ ਚੁਣੌਤੀਆਂ ਉਹਨਾਂ ਚੁਣੌਤੀਆਂ ਨੂੰ ਅੱਜ ਦੇ ਜ਼ਮਾਨੇ ਦੀਆਂ ਜਿਹੜੀਆਂ ਮੁੱਖ ਤੌਰ ਤੇ ਚੁਣੌਤੀਆਂ, ਕਮਿਊਨਲਿਜ਼ਮ, ਫੁੱਟ ਪਾਊ, ਵੱਖਵਾਦੀ ਹੈ, ਔਰ ਇਹਨਾਂ ਨੂੰ ਕਾਫੀ ਹੱਦ ਤੱਕ ਉਹ ਹੱਲ ਪਾਉਣ ਦੇ ਵਿੱਚ ਕਾਮਯਾਬ ਹੋ ਸਕਦੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਢੰਗ ਦੇ ਨਾਲ ਕੌਮਾਂਤਰੀ ਪੱਧਰ ਦੇ ਉੱਤੇ ਗੁਰਮੇਹਰ ਨੂੰ, ਜਿਹਦਾ ਸੰਬੰਧ ਪੰਜਾਬ ਨਾਲ ਹੈ, ਜਿਹਦਾ ਸੰਬੰਧ ਇੱਕ ਸਿੱਖ ਪਰਿਵਾਰ ਨਾਲ ਹੈ, ਜਿਹਦਾ ਸੰਬੰਧ ਉਸ ਪਰਿਵਾਰ ਨਾਲ ਹੈ ਜਿਹੜੇ ਜੰਗ ਤੋਂ ਪੀੜਿਤ ਹੈ ਤੇ ਜੰਗਾਂ ਦੇ ਖਾਤਮੇ ਵਾਸਤੇ ਜੋ ਗੁਰਮੇਹਰ ਨੇ ਸੱਦਾ ਦਿੱਤਾ ਹੈ, ਔਰ ਉਸ ਸੱਦੇ ਨੂੰ ਅਗਰ ਦੁਨੀਆਂ ਦੇ ਵਿੱਚ ਹੁੰਗਾਰਾ ਮਿਲ ਜਾਵੇ ਤਾਂ ਮੈਂ ਸਮਝਦਾ ਦੁਨੀਆਂ ਨੂੰ ਇੱਕ ਅਮਨ ਦੇ ਖਿੱਤੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਢਿੱਲੋਂ ਸਾਹਿਬ, ਇੱਕ ਗੱਲ ਹੋਰ ਵੀ ਲੱਗਦੀ ਹੈ ਕਿ ਪਹਿਲਾਂ ਕਨਈਆ ਹੋਰਾਂ ਦਾ ਨਾਂ ਆਇਆ, ਬਾਅਦ ਦੇ ਵਿੱਚ ਗੁਰਮੇਹਰ ਆਏ, ਹਾਰਦਿਕ ਪਟੇਲ ਵੀ ਬਰਾਬਰ ਜੇ ਚਰਚਿਤ ਰਹੇ, ਇਸੇ ਟਾਈਮ ਤੋਂ ਬਾਅਦ ਸ਼ਾਇਦ ਵਿਦਿਆਰਥੀ ਜਿਹੜੇ ਉਹਨਾਂ ਦੀ ਸੋਚ ਹੋਰ ਪਣਪਣ ਲੱਗੀ, ਜੋ ਕੁਛ ਹੁਣ ਹੋਇਆ ਬਨਾਰਸ ਯੂਨੀਵਰਸਿਟੀ ਹੈ ਜਿਹੜੀ ਹਿੰਦੂ ਯੂਨੀਵਰਸਿਟੀ, ਉਥੋਂ ਦੀਆਂ ਵਿਦਿਆਰਥਣਾਂ ਜਿਸ ਤਰੀਕੇ ਨਾਲ ਉਹਨਾਂ ਨੇ ਆਪਦੀ ਗੱਲ ਰੱਖੀ ਹੈ, ਪ੍ਰੋਟੈਸਟ ਕੀਤਾ, ਉਹ ਸਾਰੀਆਂ ਗੱਲਾਂ ਦਾ ਕਿਤੇ ਨਾ ਕਿਤੇ ਮੌਕਾ ਮਿਲ ਲੱਗਦਾ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਠੀਕ ਫਰਮਾਇਆ। ਤੁਸੀਂ ਇਹ ਦੇਖੋ ਕਿ ਜੇ ਆਪਾਂ ਵਿਦਿਆਰਥੀਆਂ ਵਾਲੇ ਪਾਸੇ ਦੇਖੀਏ, ਸਭ ਤੋਂ ਪਹਿਲਾਂ ਜਿਹੜਾ ਹੈਗਾ ਕਮਿਊਨਲਿਜ਼ਮ ਦਾ, ਫਿਰਕਾ ਪ੍ਰਸਤੀ ਦਾ ਤੇ ਸੈਕੂਲਰਿਜ਼ਮ ਦਾ, ਜਿਹਨੂੰ ਅਸੀਂ ਧਰਮ ਨਿਰਪੱਖਤਾ ਕਹਿ ਦਈਏ, ਇਹਦਾ ਪਹਿਲਾ ਟਕਰਾਅ ਜਿਹੜਾ ਹੁੰਦਾ ਹੈ ਇਹ ਹੁੰਦਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ। ਔਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚੋਂ ਚੱਲਦਾ ਚੱਲਦਾ ਫਿਰ ਤੁਸੀਂ ਚਲੋ ਸੈਂਟਰਲ ਯੂਨੀਵਰਸਿਟੀ ਹੈਦਰਾਬਾਦ, ਸੈਂਟਰਲ ਯੂਨੀਵਰਸਿਟੀ ਹੈਦਰਾਬਾਦ ਦੇ ਵਿੱਚ, ਸੈਂਟਰਲ ਯੂਨੀਵਰਸਿਟੀ ਹੈਦਰਾਬਾਦ ਦੇ ਵਿੱਚ ਰੋਹਿਤ ਬੈਮੂਲਾ ਨਾਂ ਦੇ ਇੱਕ ਨੌਜਵਾਨ ਨੂੰ ਇਸ ਲਈ ਆਤਮ ਹੱਤਿਆ ਕਰਨੀ ਪੈਂਦੀ ਹੈ ਕਿਉਂਕਿ ਕਈ ਮਹੀਨਿਆਂ ਤੋਂ ਜਿਹੜਾ ਉਹਦਾ ਵਜ਼ੀਫਾ ਸੀ ਉਹ ਬੰਦ ਕੀਤਾ ਹੋਇਆ ਸੀ। ਉਹਦਾ ਵਜ਼ੀਫਾ ਕਿਉਂ ਬੰਦ ਕੀਤਾ ਹੋਇਆ ਸੀ? ਉਹਦਾ ਕਾਰਨ ਇਹੋ ਸੀ ਕਿ ਕਿਉਂਕਿ ਉੱਥੇ ਉਹ ਅੰਬੇਦਕਰ ਯੂਨੀਅਨ ਦੇ ਨਾਂ ਥੱਲੇ ਦਲਿਤ ਚੇਤਨਾ ਨੂੰ ਪ੍ਰਚੰਡ ਕਰ ਰਿਹਾ ਸੀ। ਆਰ ਐਸ ਐਸ ਵਾਲਿਆਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਆਰ ਐਸ ਐਸ ਨਾਲ ਸੰਬੰਧਿਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਿਹੜੀ ਹੈ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜਿਹੜੇ ਆਗੂ ਸੀ ਉਹਦੇ ਨਾਲ ਖੈਬੜਦੇ ਹੈ। ਉਹ ਮੁੰਡਾ ਐਜੂਕੇਸ਼ਨ ਕਰਦਾ, ਉਹਨੇ ਇੱਕ ਧਰਨਾ ਲਾਇਆ, ਧਰਨੇ ਦੇ ਵਿੱਚ ਬੈਠਾ ਹੋਇਆ ਹੈ, ਲੇਕਿਨ ਇੱਕ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਇੱਕ ਨੌਜਵਾਨ ਹੋਸਪਿਟਲ ਦੇ ਵਿੱਚ ਜਾ ਕੇ ਦਾਖਲ ਹੋ ਜਾਂਦਾ ਹੈ, ਉਹਦੇ ਪੈਂਡਿਕਸ ਹੁੰਦਾ ਹੈ, ਉਹ ਪੈਂਡਿਕਸ ਦਾ ਆਪਰੇਸ਼ਨ ਕਰਾਉਂਦਾ ਹੈ, ਔਰ ਇਲਜ਼ਾਮ ਇਹ ਲੱਗਦਾ ਹੈ ਕਿ ਰੋਹਿਤ ਬੈਮੂਲਾ ਨੇ ਮੇਰੇ ਤੇ ਅਟੈਕ ਕੀਤਾ, ਔਰ ਉਹਦੀ ਐਪਲੀਕੇਸ਼ਨ ਉਹ ਵਾਈਸ ਚਾਂਸਲਰ ਨੂੰ ਦਿੰਦਾ ਹੈ। ਵਾਈਸ ਚਾਂਸਲਰ ਤੋਂ ਬਾਅਦ ਗੁਆਂਢੀ ਜ਼ਿਲ੍ਹੇ ਦਾ ਇੱਕ ਪਾਰਲੀਮੈਂਟ ਦਾ ਮੈਂਬਰ ਹੈ ਜਿਹੜਾ ਕੇਂਦਰ ਦੇ ਵਿੱਚ ਵਜ਼ੀਰ ਹੈ, ਉਹਨੂੰ ਜਾ ਕੇ ਐਪਲੀਕੇਸ਼ਨ ਦਿੰਦਾ ਹੈ, ਔਰ ਉਹ ਵਜ਼ੀਰ ਆਪਣੀ ਉਹਦੀ ਐਪਲੀਕੇਸ਼ਨ ਨੂੰ ਆਪਣੀ ਰਿਕਮੈਂਡਰੀ ਲੈਟਰ ਨਾਲ ਲਾ ਕੇ ਭੇਜਦਾ ਕਿਹਦੇ ਕੋਲੇ? ਸਿਮਰਤੀ ਇਰਾਨੀ ਕੋਲੇ, ਜਿਹਦੀ ਐਚ ਆਰ ਡੀ ਮਿਨਿਸਟਰ ਹੈ, ਹਿਊਮਨ ਰਿਸੋਰਸਿਸ ਡਿਵੈਲਪਮੈਂਟ ਮਿਨਿਸਟਰੀ ਜਿਹਦੇ ਤਹਿਤ ਉਹ ਯੂਨੀਵਰਸਿਟੀ ਹੈ, ਔਰ ਸਿਮਰਤੀ ਇਰਾਨੀ ਵਾਈਸ ਚਾਂਸਲਰ ਨੂੰ ਚਿੱਠੀ ਲਿਖਦੀ ਹੈ ਕਿ ਇਸ ਮੁੰਡੇ ਦੇ ਖਿਲਾਫ਼ ਐਕਸ਼ਨ ਕੀਤਾ ਜਾਵੇ। ਇੱਕ ਚਿੱਠੀ ਨਹੀਂ ਲਿਖੀ, ਅਣਗਿਣਤ ਚਿੱਠੀਆਂ ਜਾਂਦੀਆਂ, ਔਰ ਉਹਨਾਂ ਚਿੱਠੀਆਂ ਦੀ ਵਜ੍ਹਾ ਕਾਰਨ ਉਸ ਮੁੰਡੇ ਦਾ ਸਟੈਪੈਂਡ ਬੰਦ ਹੋ ਜਾਂਦਾ ਹੈ। ਜਦੋਂ ਉਸ ਬੰਦੇ ਨੂੰ ਰੋਟੀ ਦੇ ਲਾਲੇ ਪੈ ਜਾਂਦੇ ਹੈ ਤਾਂ ਉਸ ਵੇਲੇ ਉਹ ਮੁੰਡਾ ਖੁਦਕੁਸ਼ੀ ਕਰਦਾ ਹੈ, ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਿਹੜੀ ਉਹ ਲੈਟਰ ਲਿਖੇ ਜਾਂਦਾ ਹੈ ਉਹ ਲੈਟਰ ਇੰਨੀ ਪ੍ਰਭਾਵਸ਼ਾਲੀ ਹੈ ਕਿ ਉਸ ਲੈਟਰ ਨੇ ਜਿਹੜੀ ਗਲਤ ਚੇਤਨਾ ਤੇ ਵਿਦਿਆਰਥੀ ਚੇਤਨਾ ਉਹਨੂੰ ਹੋਰ ਜ਼ਿਆਦਾ ਪ੍ਰਚੰਡ ਕਰਤਾ, ਔਰ ਉਹਦਾ ਨਤੀਜਾ ਇਹ ਹੋਇਆ ਕਿ ਕਨਈਆ ਕੁਮਾਰ ਦਿੱਲੀ ਤੋਂ ਜਾਂਦਾ ਹੈ ਔਰ ਸਾਰੇ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਜਿਹੜੀ ਸਟੂਡੈਂਟ ਲੀਡਰਸ਼ਿਪ ਆ ਉੱਥੇ ਪਹੁੰਚਦੀ ਹੈ ਤੇ ਉੱਥੇ ਫਿਰ ਇੱਕ ਐਡਾ ਵੱਡਾ ਜਿਹੜਾ ਹੈਗਾ ਅੰਦੋਲਨ ਖੜਾ ਹੁੰਦਾ ਹੈ, ਜਿਸ ਅੰਦੋਲਨ ਦੇ ਚੱਲਦਿਆਂ ਵਾਈਸ ਚਾਂਸਲਰ ਨੂੰ ਵੀ ਛੁੱਟੀ ਤੇ ਜਾਣਾ ਪੈ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਸਰਕਾਰ ਇੱਕ ਕਮਿਸ਼ਨ ਬਣਾ ਕੇ ਵਾਈਸ ਚਾਂਸਲਰ ਨੂੰ ਦੋਸ਼ ਮੁਕਤ ਕਰਨ ਵਾਲੇ ਪਾਸੇ ਚਲੀ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਚੋਣਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਕਿਉਂਕਿ ਜੋ ਇਲਾਹਾਬਾਦ ਆਪਣੀ ਹੈਦਰਾਬਾਦ ਯੂਨੀਵਰਸਿਟੀ ਚ ਹੋਇਆ, ਜੋ ਦਿੱਲੀ ਯੂਨੀਵਰਸਿਟੀ ਚ ਹੋਇਆ, ਜੋ ਸਲੂਕ ਗੁਰਮੇਹਰ ਦੇ ਨਾਲ ਕੀਤਾ ਗਿਆ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਵਜ੍ਹਾ ਕਾਰਨ, ਤੇ ਉਹਦਾ ਤੁਸੀਂ ਦੇਖੋ ਕਿ ਦੇਸ਼ ਭਰ ਦੇ ਵਿੱਚ ਯੂਥ ਦੇ ਵਿੱਚ ਜਾਂ ਸਟੂਡੈਂਟਸ ਦੇ ਵਿੱਚ ਉਹਦਾ ਪ੍ਰਤੀਕਰਮ ਕੀ ਹੁੰਦਾ ਹੈ। ਹੁਣ ਤੁਸੀਂ ਅੰਦਾਜ਼ਾ ਦੇਖੋ, ਕਦੇ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ
ਕਾਂਗਰਸ ਪਾਰਟੀ ਨਾਲ ਸੰਬੰਧਿਤ ਵਿਦਿਆਰਥੀ ਜਥੇਬੰਦੀ ਹੈ ਜਿਹੜੀ NSU ਆਈ, ਇਹਦੇ ਕਦੇ ਵੀ ਪੈਰ ਨਹੀਂ ਲੱਗੇ ਸੀ। ਲੇਕਿਨ ਜਿਹੜੀ ਸਭ ਤੋਂ ਪਹਿਲੀ ਇਲੈਕਸ਼ਨ ਹੁੰਦੀ ਹੈ ਵਿਦਿਆਰਥੀਆਂ ਦੀ, ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਹੁੰਦੀ ਹੈ, ਔਰ ਉੱਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਦਿਆਰਥੀ ਵਿੰਗ ਹੈ ਇਹ ਬੁਰੀ ਤਰ੍ਹਾਂ ਹੁੰਝਿਆ ਜਾਂਦਾ। ਜਿੱਤ ਨਸੀਬ ਹੁੰਦੀ ਹੈ ਕਾਂਗਰਸ ਦੀ NSUI ਨੂੰ, ਔਰ ਮੁਕਾਬਲਾ ਕਿਹਦਾ ਹੁੰਦਾ ਉਹਦੇ ਨਾਲ? ਮੁਕਾਬਲਾ ਹੁੰਦਾ ਇੱਕ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਜਿਹੜੀ ਬਣੀ ਹੋਈ ਹੈ ਸਟੂਡੈਂਟਸ ਫਾਰ ਸੁਸਾਇਟੀ ਉਹਨਾਂ ਦੀ ਜੀ। ਇਹ ਤੋਂ ਬਾਅਦ ਅਗਲੀ ਜਿਹੜੀ ਹੈਗੀ ਹੈ ਚੋਣ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਹੁੰਦੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਫਿਰ ਖੱਬੇ ਪੱਖੀ ਤਾਕਤਾਂ ਜਿੱਤਦੀਆਂ। ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਅਗਲੀ ਚੋਣ ਹੁੰਦੀ ਹੈ ਉਹ ਹੁੰਦੀ ਹੈ ਦਿੱਲੀ ਯੂਨੀਵਰਸਿਟੀ ਦੀ, ਜਿਹਦੀ ਸਟੂਡੈਂਟ ਗੁਰਮੇਹਰ ਹੈ। ਔਰ ਉਹਦਾ ਅਸਰ ਤੁਸੀਂ ਦਿੱਲੀ ਯੂਨੀਵਰਸਿਟੀ ਚ ਦੇਖੋ ਕਿ ਦਿੱਲੀ ਯੂਨੀਵਰਸਿਟੀ ਜਿਹੜੀ ABPV ਦਾ ਗੜ ਮੰਨੀ ਜਾਂਦੀ ਸੀ ਉੱਥੇ ਵੀ NSUI ਦੀ ਜਿਹੜੀ ਹੈਗੀ ਹੈ ਜਿੱਤ ਉਹਨੂੰ ਪ੍ਰਾਪਤ ਹੁੰਦੀ ਹੈ। ਇਵੇਂ ਜਿਵੇਂ ਅਗਲੀ ਤੁਸੀਂ ਦੇਖੋ ਫਿਰ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਹੁੰਦੀ ਹੈ, ਉੱਥੇ ਦਲਿਤ ਖੱਬੇ ਪੱਖੀ ਤੇ ਆਦਿਵਾਸੀ ਇਹਨਾਂ ਦਾ ਫਰੰਟ ਹੈ ਜਿਹੜਾ ਉਹ ਲੜਾਈ ਜਿੱਦਾ। ਫਿਰ ਅਗਲੀ ਜਿਹੜੀ ਤੁਸੀਂ ਗੱਲ ਕਰਦੇ ਹੋ ਬਨਾਰਸ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ ਉਹਨੂੰ BSU ਕਹਿੰਦੇ, ਬਨਾਰਸ ਹਿੰਦੂ ਯੂਨੀਵਰਸਿਟੀ। ਔਰ ਇਹ ਉਹ ਯੂਨੀਵਰਸਿਟੀ ਹੈ, ਬਨਾਰਸ ਉਹ ਧਰਤੀ ਹੈ ਜਿਹੜੀ ਧਰਤੀ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਮੈਂਬਰ ਬਣ ਕੇ ਆਉਂਦੇ ਹੈ। ਜਿਸ ਵੇਲੇ ਪਾਰਲੀਮੈਂਟ ਦੀ ਚੋਣ ਲੜ ਵਾਸਤੇ ਜਾਂਦੇ ਹੈ, ਤੁਸੀਂ ਯਾਦ ਕਰੋ ਉਦੋਂ ਨਰਿੰਦਰ ਮੋਦੀ ਸਾਹਿਬ ਦਾ ਭਾਸ਼ਣ ਕੀ ਸੀ ਕਿ ਨਾ ਮੁਝੇ ਕਿਸੇ ਨੇ ਭੇਜਿਆ ਹੈ ਨਾ ਮੈਂ ਆਇਆ ਹੂੰ, ਗੰਗਾ ਮਈਆ ਨੇ ਬੁਲਾਇਆ ਹੈ। ਜਿੱਥੇ ਗੰਗਾ ਮਈਆ ਨੇ ਬੁਲਾਇਆ ਹੈ ਤੇ ਉੱਥੇ ਉਸੇ ਪ੍ਰਧਾਨ ਮੰਤਰੀ ਨੂੰ ਇਸ ਲਈ ਆਪਣਾ ਰਾਹ ਤਬਦੀਲ ਕਰਨਾ ਪੈ ਗਿਆ, ਪ੍ਰਸ਼ਾਸਨ ਨੇ ਰੂਪ ਤਬਦੀਲ ਕਰਤਾ, ਕਿਉਂਕਿ ਜਿਹੜੀ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਉਸ ਵੇਲੇ ਅੰਦੋਲਨ ਕਰ ਰਹੀਆਂ ਸੀ। ਕਿਉਂ ਅੰਦੋਲਨ ਕਰ ਰਹੀਆਂ ਸੀ? ਇਸ ਲਈ ਕਿਉਂਕਿ ਉਹਨਾਂ ਦੀ ਆਬਰੂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਸੀ, ਔਰ ਮੇਰਾ ਖਿਆਲ ਹੈ ਵੀ 48 ਘੰਟਿਆਂ ਤੋਂ ਵੱਧ ਵੀ ਉਹਨਾਂ ਦੀ ਐਜੀਟੇਸ਼ਨ ਨੇ ਭਾਰਤ ਸਰਕਾਰ ਹਿਲਾ ਕੇ ਰੱਖਦੀ ਸੀ। ਮੁੱਖ ਮੰਤਰੀ ਨੂੰ ਜਾਣਾ ਪਿਆ ਯੋਗੀ ਆਦਿੱਤਿਆਨਾਥ ਤੋਂ ਉੱਥੇ, ਔਰ ਉਹਦੇ ਵਿੱਚੋਂ ਫਿਰ ਜੋ ਚੇਤਨਾ ਫਿਰ ਅੱਗੇ ਨਿਕਲਦੀ ਹੈ ਉਸ ਚੇਤਨਾ ਦਾ ਨਤੀਜਾ ਤੁਸੀਂ ਦੇਖੋ। ਰਾਜਸਥਾਨ ਦੇ ਵਿੱਚ ਯੂਨੀਵਰਸਿਟੀ ਦੀਆਂ ਚੋਣਾਂ ਹੁੰਦੀਆਂ, ਉਹਨਾਂ ਚੋਣਾਂ ਦੇ ਵਿੱਚ ਵੀ ਇਹਨਾਂ ਨੂੰ ਆਪਣਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੋਂ ਜਿਹੜੀ ਹੈਗੀ ਹੈ ਸਿੱਖਿਆ ਹੁੰਦੀ ਹੈ। ਔਰ ਜਿਹੜੀ ਵਿਦਿਆਰਥੀਆਂ ਦੇ ਵਿੱਚੋਂ ਇੱਕ ਵਿਦਿਆਰਥੀਆਂ ਦੇ ਵਿੱਚ ਨਵੀਂ ਚੇਤਨਾ ਤੇ ਨਵੀਂ ਵਿਚਾਰਧਾਰਾ ਉਭਰ ਕੇ ਸਾਹਮਣੇ ਆਉਂਦੀ ਹੈ, ਉਹਦਾ ਕੇਂਦਰ ਬਿੰਦੂ ਕੋਈ ਹੈ ਕਿ ਫਿਰਕਾ ਪ੍ਰਸਤੀ ਦਾ ਇਸ ਦੇਸ਼ ਦੇ ਵਿੱਚ ਕੋਈ ਥਾਂ ਨਹੀਂ। ਔਰ ਇਹਦੇ ਤੇ ਫਿਰ ਤੁਸੀਂ ਦੇਖੋ ਜੇ ਆਪਾਂ ਦੂਜੀਆਂ ਦੇਖੇ ਕਿ ਵਿਦਿਆਰਥੀ ਚੋਣਾਂ ਤੋਂ ਬਾਅਦ ਜਿਹੜੀਆਂ ਅਗਲੀਆਂ ਚੋਣਾਂ ਹੁੰਦੀਆਂ, ਫਿਰ ਉਹ ਅਗਲੀਆਂ ਚੋਣਾਂ ਤੁਸੀਂ ਮਹਾਰਾਸ਼ਟਰ ਦੇਖੋ, ਮਹਾਰਾਸ਼ਟਰ ਦੇ ਵਿੱਚ ਐਸੇ ਚੋਣਾਂ ਹੋ ਰਹੀਆਂ। ਸਭ ਤੋਂ ਪਹਿਲੀ ਚੋਣ ਮਹਾਰਾਸ਼ਟਰ ਦੇ ਵਿੱਚ ਹੁੰਦੀ ਹੈ ਨਾਂਦੇੜ ਨਗਰ ਨਿਗਮ ਦੀ। ਨਾਂਦੇੜ ਨਗਰ ਨਿਗਮ ਦੀਆਂ ਕੁੱਲ ਜਿਹੜੀਆਂ ਹੈਗੀਆਂ ਜੀ 73 ਉਹਦੀਆਂ ਸੀਟਾਂ, 73 ਸੀਟਾਂ ਦੇ ਵਿੱਚੋਂ 61 ਸੀਟਾਂ ਲੈ ਜਾਂਦੀ ਹੈ ਕਾਂਗਰਸ ਪਾਰਟੀ, ਇੱਕ ਆਜ਼ਾਦ ਲੈ ਜਾਂਦੀ ਹੈ ਤੇ ਇੱਕ ਲੈ ਕੇ ਜਾਂਦੀ ਹੈ ਤੁਹਾਡੀ ਸ਼ਿਵ ਸੈਨਾ। ਭਾਰਤੀ ਜਨਤਾ ਪਾਰਟੀ ਦੇ ਕੋਲ ਸਿਰਫ 6-7 ਸੀਟਾਂ ਰਹਿ ਜਾਂਦੀਆਂ। ਇਹ ਤੁਸੀਂ ਅੰਦਾਜ਼ਾ ਲਾਓ ਵੀ ਅਸਰ ਕਿੱਥੋਂ ਤੱਕ ਜਾ ਰਿਹਾ, ਕਮਿਊਨਿਟੀ ਨੂੰ ਕਿੰਨੀ ਸੱਟ ਪੈਂਦੀ ਹੈ। ਅੱਜ ਹੀ ਹੁਣ ਮੈਂ ਪੜ੍ਹ ਕੇ ਦੇਖਿਆ ਇਸ ਵੇਲੇ ਕਿ ਉੱਥੇ ਪੰਚਾਇਤੀ ਚੋਣਾਂ ਹੋ ਰਹੀਆਂ, ਪੰਚਾਇਤੀ ਚੋਣਾਂ ਦੇ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਮਾਰ ਪੈ ਰਹੀ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਇਜਾਦ ਉੱਥੋਂ ਸ਼ੁਰੂ ਹੋਈ ਹੈ ਗੁਰਮੇਹਰ ਤੋਂ ਲੈ ਕੇ ਤੁਹਾਡੀ JNU ਦੇ ਵਿੱਚ ਹੁੰਦੀ ਹੋਈ, ਹਾਰਦਿਕ ਪਟੇਲ ਦੇ ਵਿੱਚ ਹੁੰਦੀ ਹੋਈ, ਉਹਨੇ ਇੱਕ ਨਵੀਂ ਕਿਸਮ ਦੀ ਚੇਤਨਾ ਦਾ ਸੰਚਾਰ ਕੀਤਾ ਹੈ ਦੇਸ਼ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਵਿੱਚ, ਔਰ ਵੱਖ ਵੱਖ ਥਾਵਾਂ ਦੇ ਉੱਤੇ ਉਹ ਉਭਰ ਕੇ ਸਾਡੇ ਸਾਹਮਣੇ ਆ ਗਿਆ ਜੀ। ਬਿਲਕੁਲ ਜੀ, ਢਿੱਲੋਂ ਸਾਹਿਬ ਤੁਸੀਂ ਦਰੁਸਤ ਫਰਮਾਇਆ। ਦੇਖੋ ਉੱਥੇ ਮਹਾਰਾਸ਼ਟਰ ਦੇ ਵਿੱਚ ਮੁੱਖ ਮੰਤਰੀ ਦਾ ਪਿੰਡ ਹੈ, ਹਲਕਾ ਹੈ, ਉੱਥੋਂ BJP ਹਾਰ ਰਹੀ ਹੈ। ਸੋ ਇੱਥੇ ਲੱਗਦਾ ਕਿ ਇਹੀ ਕਿ ਜਿਹੜਾ ਸਿਆਸੀ ਰੰਗਤ ਦੇ ਕੇ ਧਾਰਮਿਕ ਦੰਗੇ ਭੜਕਾਏ ਜਾਂਦੇ ਜਾਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ, ਸ਼ਾਇਦ ਅਗਲੀ ਜਿਹੜੀ ਪੀੜ੍ਹੀ ਹੈ ਉਹ ਉਸ ਤੋਂ ਮੁਕਤ ਹੋਊਗੀ, ਜਿਵੇਂ ਵਿਦੇਸ਼ਾਂ ਦੇ ਵਿੱਚ ਚੱਲਦਾ। ਪਰ ਨਾਲ ਨਾਲ ਸਿਆਸੀ ਰੰਗਤ ਦੇਣ ਦੇ ਦੇਖੋ ਕਿੰਨੇ ਮਨਸੂਬੇ ਆ ਸਾਡੀਆਂ ਸਰਕਾਰਾਂ ਬਣਾ ਰਹੀਆਂ, ਅੱਜ ਵੀ ਬਹੁਤ ਵੱਡਾ ਅਡੰਬਰ ਹੋ ਰਿਹਾ। ਹਾਂ, ਜਿਹੜੀ ਤੁਸੀਂ ਗੱਲ ਫਰਮਾਈ ਹੈ ਸੁਖਦੇਵ ਜੀ, ਤੁਹਾਡੇ ਜ਼ਿਹਨ ਦੇ ਵਿੱਚ ਹੋਣੀ ਹੈ ਗੱਲ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਅਪੀਲ ਕੀਤੀ ਸੀ ਦੇਸ਼ ਦੇ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕਿ ਤੁਸੀਂ ਆਪਣੇ ਆਪਣੇ ਹਲਕੇ ਦਾ ਇੱਕ ਇੱਕ ਪਿੰਡ ਅਡੋਪਟ ਕਰੋ ਜੀ, ਉਸ ਪਿੰਡ ਦਾ ਵਿਕਾਸ ਕਰਵਾਓ, ਉਹਦੇ ਬਾਰੇ ਵਿਸ਼ੇਸ਼ ਧਿਆਨ ਦਿਓ ਤੇ ਆਪਣੇ ਕੋਲੋਂ ਕੁਛ ਪ੍ਰਬੰਧ ਕਰੋ।
ਕਿਉਂਕਿ ਤੁਹਾਨੂੰ ਪਤਾ ਵੀ ਪਾਰਲੀਮੈਂਟ ਦੇ ਮੈਂਬਰਾਂ ਦੇ ਕੋਲ ਆਪਣੀ ਕੰਸਟੀਚੁਐਂਸੀ ਦੇ ਵਿੱਚ ਖਰਚਣ ਵਾਸਤੇ ਹਰ ਸਾਲ 5 ਕਰੋੜ ਰੁਪਏ ਦਾ ਇੱਕ ਅਖਤਿਆਰੀ ਫੰਡ ਹੁੰਦਾ ਹੈ ਔਰ ਜੇ ਨਾਲ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਲੋੜ ਪਵੇ ਸੂਬਾ ਸਰਕਾਰਾਂ ਤੋਂ ਵੀ ਤੇ ਕੇਂਦਰ ਸਰਕਾਰ ਤੋਂ ਵੀ ਮਦਦ ਲਈ ਜਾ ਸਕਦੀ ਹੈ ਪਾਰਲੀਮੈਂਟ ਦੇ ਮੈਂਬਰਾਂ ਨੇ ਇਸ ਤਰ੍ਹਾਂ ਬਹੁਤ ਸਾਰੇ ਪਿੰਡ ਅਡੋਪਟ ਕੀਤੇ ਹੈ ਜੇ ਹੁਣ ਅਸੀਂ ਬਠਿੰਡੇ ਦੀ ਗੱਲ ਕਰੀਏ ਸਾਡੀ ਪਾਰਲੀਮੈਂਟ ਦੀ ਮੈਂਬਰ ਬੀਬੀ ਹਰਸਿਮਰਤ ਕੌਰ ਹੈ ਇਹਨਾਂ ਨੇ ਮਾਰ ਪਿੰਡ ਜਿਹੜਾ ਬੜਾ ਚਰਚਾ ਚ ਰਿਹਾ ਪੰਚਾਇਤੀ ਚੋਣਾਂ ਵੇਲੇ ਤੁਹਾਨੂੰ ਪਤਾ ਵੀ ਉੱਥੇ ਧੱਕਾਸ਼ਾਹੀ ਬੜੀਆਂ ਅੱਗਾਂ ਵਗੈਰਾ ਲੱਗੀਆਂ ਸੀ ਉਸ ਮਾਰ ਪਿੰਡ ਨੂੰ ਅਡੋਪਟ ਕੀਤਾ ਹੋਇਆ ਇਵੇਂ ਜਿਵੇਂ ਹਰ ਪਾਰਲੀਮੈਂਟ ਮੈਂਬਰ ਨੇ ਕੋਈ ਨਾ ਕੋਈ ਪਿੰਡ ਅਡੋਪਟ ਕੀਤਾ ਹੋਇਆ ਮਹਾਰਾਸ਼ਟਰ ਦੇ ਵਿੱਚ ਇਹ ਪ੍ਰਬੰਧ ਹੈ ਕਿ ਉੱਥੋਂ ਦੇ MLAs ਨੂੰ ਵੀ ਪਾਰਲੀਮੈਂਟ ਦੇ ਮੈਂਬਰਾਂ ਦੀ ਤਰਜ਼ ਦੇ ਉੱਤੇ ਫੰਡ ਅਲਾਟ ਕੀਤੇ ਹੋਏ ਹੈ ਕਿ ਤੁਸੀਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਪਿੰਡ ਅਡੋਪਟ ਕਰੋ ਔਰ ਉਹਨਾਂ ਨੂੰ ਉਹਨਾਂ ਦਾ ਵਿਕਾਸ ਕਰਵਾਓ ਸੋ ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਹੈ ਦਵਿੰਦਰ ਫੜਨਵੀਸ ਹੋਰਾਂ ਨੇ ਹੈਤਰੀ ਨਾਂ ਦਾ ਪਿੰਡ ਜਿਹੜਾ ਜੀ ਉਹ ਅਡੋਪਟ ਕੀਤਾ ਹੋਇਆ ਉੱਥੇ ਜਿਹੜੀਆਂ ਹੁਣ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਫੈਕਟਰੀ ਪਿੰਡ ਦੇ ਵਿੱਚ ਕਾਂਗਰਸ ਪਾਰਟੀ ਦਾ ਸਰਪੰਚ ਬਣ ਗਿਆ ਇਹਨਾਂ ਜਿਵੇਂ ਬਿਜਲੀ ਤੇ ਐਕਸਾਈਜ਼ ਮੰਤਰੀ ਹੈ ਚੰਦਰ ਸ਼ੇਖਰ ਪਵਨ ਕੁਲੇ ਉਹਨਾਂ ਵੱਲੋਂ ਸੁਰਬੇਦੀ ਪਿੰਡ ਹੈ ਜਿਹੜਾ ਉਹ ਅਡੋਪਟ ਕੀਤਾ ਹੋਇਆ ਸੀ ਉੱਥੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਮੇਰੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਜਿਹੜੀ ਪਹਿਲਾ ਪੜਾਅ ਹੈ ਪਹਿਲੇ ਪੜਾਅ ਦੇ ਵਿੱਚ ਮਹਾਰਾਸ਼ਟਰ ਦੇ 18 ਜ਼ਿਲ੍ਹਿਆਂ ਚੋਂ 3666 ਪੰਚਾਇਤਾਂ ਦੀ ਚੋਣ ਹੋਈ ਹੈ ਔਰ ਇਹਨਾਂ ਦੇ ਵਿੱਚੋਂ ਜਿਹੜੀ ਪੋਲਿੰਗ ਹੋਈ ਹੈ 81% ਪੋਲਿੰਗ ਹੁੰਦੀ ਹੈ ਹੈਵੀ ਪੋਲਿੰਗ ਕਮਾ ਗਿਆ ਪੈਣ 81% ਬਹੁਤ ਵੱਡੀ ਹੁੰਦੀ ਹੈ ਤੇ ਇੱਥੇ ਤੁਸੀਂ ਦੇਖੋ ਵੀ ਕਾਂਗਰਸ ਪਾਰਟੀ ਦਾ ਜਿਹੜਾ ਪ੍ਰੈਜੀਡੈਂਟ ਹੈ ਮਹਾਰਾਸ਼ਟਰ ਦਾ ਉਹਦਾ ਨਾਂ ਅਸ਼ੋਕ ਚਵਾਨ ਹੈ ਸਾਬਕਾ ਮੁੱਖ ਮੰਤਰੀ ਵੀ ਹੈ ਉਹਨੇ ਦਾਅਵਾ ਕੀਤਾ ਕਿ ਹੁਣ ਤੱਕ ਜਿਹੜੇ ਇੱਕ ਪੜਾਅ ਦੇ ਨਤੀਜੇ ਸਾਡੇ ਸਾਹਮਣੇ ਆਏ ਹੈ ਉਹਦੇ ਵਿੱਚੋਂ 1063 ਸਰਪੰਚ ਹੈ ਜਾਂ ਪੰਚਾਇਤਾਂ ਹੈ ਉਹਨਾਂ ਦੇ ਉੱਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੋ ਚੁੱਕਿਆ ਹੈ ਔਰ ਇਹ ਗੱਲ ਵੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਆਮ ਤੌਰ ਦੇ ਉੱਤੇ ਚਾਹੇ ਪੰਚਾਇਤਾਂ ਦੀਆਂ ਚੋਣਾਂ ਹੋਣ ਚਾਹੇ ਨਗਰ ਕੌਂਸਲਾਂ ਦੀਆਂ ਨਗਰ ਨਿਗਮਾਂ ਦੀਆਂ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣ ਇਹਨਾਂ ਚੋਣਾਂ ਦੇ ਵਿੱਚ ਹਮੇਸ਼ਾ ਹੀ ਜਿਹੜੀ ਹੈ ਉਹ ਡੰਕੇ ਬਾਜੀ ਹੁੰਦੀ ਹੈ ਰੂਲਿੰਗ ਪਾਰਟੀ ਦੀ ਕਿਉਂਕਿ ਲੋਕਾਂ ਦੀ ਇੱਕ ਸਮਝ ਬਣੀ ਹੁੰਦੀ ਹੈ ਕਿ ਜੇ ਅਸੀਂ ਰੂਲਿੰਗ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਵਾਂਗੇ ਤਾਂ ਪਿੰਡਾਂ ਸ਼ਹਿਰਾਂ ਕਸਬਿਆਂ ਦਾ ਵਿਕਾਸ ਹੋਊਗਾ ਇਸ ਲਈ ਉਹ ਕਦੇ ਵੀ ਵਿਰੋਧੀ ਧਿਰ ਨੂੰ ਵੋਟਾਂ ਨਹੀਂ ਪਾਉਂਦੇ ਅਗਰ ਕਿਤੇ ਨਾ ਕਿਤੇ ਕੋਈ ਵਿਰੋਧੀ ਧਿਰ ਦਾ ਮਜ਼ਬੂਤ ਗੜ੍ਹ ਹੋਵੇ ਤਾਂ ਅਸੀਂ ਪੰਜਾਬ ਦਾ ਤਜਰਬਾ ਸਾਡੇ ਸਾਹਮਣੇ ਹੈ ਕਿ ਆਮ ਤੌਰ ਤੇ ਫਿਰ ਰੂਲਿੰਗ ਜਿਹੜੀ ਧਿਰ ਹੈ ਉਹਦੇ ਨਾਲ ਸੰਬੰਧਿਤ ਜਿਹੜੇ ਲੋਕ ਹੈ ਉਹ ਧੱਕਾ ਵੀ ਕਰਦੇ ਆ ਹੇਰਾਫੇਰੀ ਵੀ ਕਰਦੇ ਆ ਤੇ ਉਹ ਆਪਣੇ ਆਮ ਤੌਰ ਤੇ ਸਿਸਟਮ ਦੇ ਉੱਤੇ ਆਪਦਾ ਕਬਜ਼ਾ ਜਮਾ ਲੈਂਦੇ ਹੈ ਉਹ ਖਾਦ ਦੇ ਲੋਕਾਂ ਨੂੰ ਕਿ ਜਿਸ ਸਾਨੂੰ ਪ੍ਰਾਪਤ ਹੋਈ ਹੈ ਲੇਕਿਨ ਸਰਕਾਰ ਹੋਵੇ ਤੇ ਸਰਕਾਰ ਨੂੰ ਬਣੀ ਨੂੰ ਵੀ ਬਹੁਤਾ ਲੰਬਾ ਸਮਾਂ ਨਹੀਂ ਹੋਇਆ ਥੋੜਾ ਸਮਾਂ ਹੀ ਹੋਇਆ ਮਹਾਰਾਸ਼ਟਰ ਦੇ ਵਿੱਚ ਬਣੀ ਨੂੰ ਤੇ ਜਿਹੜੀ ਸਰਕਾਰ ਨੇ ਬਹੁਤ ਪੁਰਾਣੀ ਪਾਰਟੀ ਸ਼ਿਫਟ ਹੈ ਨਾ ਉਹਨਾਂ ਦੀ ਸਹਾਇਕ ਪਾਰਟੀ ਸੀ ਉਹਨਾਂ ਦੀ ਅਲਾਈ ਪਾਰਟੀ ਹੈ ਉਸ ਪਾਰਟੀ ਨੂੰ ਵੀ ਉਹਨਾਂ ਨੇ ਠੈਂਗਾ ਦਿਖਾਤਾ ਤੇ ਅੱਜ ਸਥਿਤੀ ਹੈ ਕਿ ਐਡੀ ਮਜ਼ਬੂਤ ਪਾਰਟੀ ਐਡੀ ਮਜ਼ਬੂਤ ਸਰਕਾਰ ਤੇ ਉਹ ਸਰਕਾਰ ਦੇ ਤੋਂ ਪੈਰ ਖੁਰੀ ਜਾਂਦੇ ਆ ਪੰਚਾਇਤੀ ਚੋਣਾਂ ਦੇ ਵਿੱਚ ਪਹਿਲਾਂ ਨਗਰ ਨਿਗਮ ਜਿਹੜੀਆਂ ਆਪਾਂ ਡਿਸਕਸ ਪਹਿਲਾਂ ਕਰ ਹੀ ਚੁੱਕੇ ਹਾਂ ਜਿਹੜੀ ਨਾਂਦੇੜ ਸਾਹਿਬ ਦੀਆਂ ਹੋਈਆਂ ਨੇ ਉੱਥੋਂ ਵੀ ਪੈਰ ਉਖੜੇ ਇਹਨਾਂ ਦੇ ਸੋ ਇਹ ਕਹਿ ਸਕਦੇ ਹਾਂ ਆਪਾਂ ਕਿ ਜਿਹੜੀ ਚੇਤਨਾ ਹੈ ਜਿਹੜੀ ਯੂਥ ਚੇਤਨਾ ਹੈ ਅਸਲ ਦੇ ਵਿੱਚ ਯੂਥ ਹੀ ਕਿਸੇ ਸੂਬੇ ਨੂੰ ਕਿਸੇ ਰਾਜ ਨੂੰ ਤਬਦੀਲ ਕਰਨ ਦੇ ਵਿੱਚ ਭੂਮਿਕਾ ਅਦਾ ਕਰਦੇ ਹੁੰਦੇ ਹੈ ਜਿਹੜੇ ਬਜ਼ੁਰਗ ਬੰਦੇ ਹੁੰਦੇ ਆ ਥੋੜੀ ਬਹੁਤੀ ਸੇਧ ਦੇ ਸਕਦੇ ਹੈ ਕਿਉਂਕਿ ਯੂਥ ਦੇ ਵਿੱਚ ਜਿਹੜੀ ਐਨਰਜੀ ਹੁੰਦੀ ਹੈ ਉਹ ਐਨਰਜੀ ਜਿਹੜੀ ਹੈ ਉਹ ਮਚਿਓਰ ਉਮਰ ਵਾਲਿਆਂ ਚ ਨਹੀਂ ਹੁੰਦੀ ਯੂਥ ਹੀ ਹੇਠਲੀ ਨੂੰ ਉੱਤੇ ਕਰਕੇ ਦਿਖਾਉਂਦੇ ਹੈ ਔਰ ਦੁਨੀਆਂ ਦੇ ਵਿੱਚ ਜਿੰਨੇ ਵੀ ਇਨਕਲਾਬ ਹੋਏ ਹੈ ਉਹਨਾਂ ਇਨਕਲਾਬਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਉਹ ਯੂਥ ਦੀ ਰਹੀ ਹੈ ਇਸ ਵੇਲੇ ਜੇ ਆਪਾਂ ਦੇਖੀਏ ਭਾਰਤ ਦੇ ਰਾਜਸੀ ਨਕਸ਼ੇ ਦੇ ਵਿੱਚ ਜਿਹੜੀਆਂ ਬੜੀ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਉਹਨਾਂ ਤਬਦੀਲੀਆਂ ਦੇ ਵਿੱਚ ਯੂਥ ਦੀ ਹੀ ਭੂਮਿਕਾ ਹੈ ਤੁਸੀਂ ਦੇਖੋ ਅੱਜ ਤੋਂ 3-4 ਮਹੀਨੇ ਪਹਿਲਾਂ ਤੱਕ ਦੇ ਜੋ ਹਾਲਾਤ ਸੀ ਉਦੋਂ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਦੁਨੀਆਂ ਦੇ ਵਿੱਚ ਕੋਈ ਤਾਕਤ ਨਹੀਂ ਜਿਹੜੀ ਨਰਿੰਦਰ ਮੋਦੀ ਨੂੰ 2019 ਦੀਆਂ ਚੋਣਾਂ ਦੇ ਵਿੱਚ ਆਉਣ ਤੋਂ ਰੋਕ ਸਕੇ ਔਰ ਮੈਂ ਉਹਨਾਂ ਲੋਕਾਂ ਦੇ ਵਿੱਚ ਆਪ ਆ ਤੁਸੀਂ ਸੁਣਿਆ ਹੁਣ ਆਪਾਂ ਗੱਲਾਂ ਵੀ ਕਰਦੇ ਰਹੇ ਹਾਂ ਕਿ ਮੈਂ ਇਹ ਸਮਝਦਾ ਸੀ ਕਿ ਨਰਿੰਦਰ ਮੋਦੀ ਦੇ ਲੈਵਲ ਦਾ ਲੀਡਰ ਕਾਂਗਰਸ ਪਾਰਟੀ ਕੋਲ ਕੋਈ ਹੋ ਹੀ ਨਹੀਂ ਸਕਦਾ ਕਾਂਗਰਸ ਪਾਰਟੀ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਇਹਦੇ ਪੈਰ ਲੱਗ ਹੀ ਨਹੀਂ ਸਕਦੇ ਜਿਹੜੀ ਪਾਰਟੀ 10 ਸਦੀ ਐਮ ਐਲ ਏ ਦੇ ਆਪਾਂ ਪਾਰਲੀਮੈਂਟ ਦੇ ਮੈਂਬਰ ਲਿਜਾ ਕੇ
ਵਿਰੋਧੀ ਧਿਰ ਦਾ ਰੁਤਬਾ ਹਾਸਲ ਨਹੀਂ ਕਰ ਸਕਦੀ। ਉਹ ਪਾਰਟੀ ਮੁਕਾਬਲਾ ਕਰੂਗੀ ਤਾਂ ਕਰੂਗੀ ਕਿ ਉਸ ਪਾਰਟੀ ਦਾ ਲੀਡਰ ਜਿਹੜਾ ਹੈਗਾ ਉਹ ਸੋਨੀਆ ਗਾਂਧੀ ਹੈ, ਲੇਕਿਨ ਸੋਨੀਆ ਗਾਂਧੀ ਬਿਮਾਰ ਹੈ। ਸੋਨੀਆ ਗਾਂਧੀ ਨੂੰ ਜਦੋਂ ਮੌਕਾ ਮਿਲਿਆ ਸੀ 2004 ਦੇ ਵਿੱਚ ਉਦੋਂ ਵੀ ਸਰਕਾਰ ਨਹੀਂ ਬਣਾ ਪਾਈ ਸੀ, ਤੇ ਜਿੱਥੋਂ ਤੱਕ ਰਾਹੁਲ ਗਾਂਧੀ ਦਾ ਸੰਬੰਧ ਹੈ, ਰਾਹੁਲ ਗਾਂਧੀ ਨੂੰ ਤਾਂ ਸੀਰੀਅਸਲੀ ਦੇਸ਼ ਦਾ ਕੋਈ ਵੀ ਟਿੱਪਣੀ ਕਰ ਕਦੇ ਲੈਂਦਾ ਹੀ ਨਹੀਂ ਸੀ ਕਿ ਇਹ ਬੰਦਾ ਵੀ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ, ਕੋਈ ਸੋਚਦਾ ਹੀ ਨਹੀਂ ਸੀ। ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜੀ ਯੂਥ ਦੀ ਤਬਦੀਲੀ ਵਾਲਾ ਮਾਮਲਾ ਹੈ, ਐਸ ਹੋਈ ਰਾਹੁਲ ਗਾਂਧੀ ਗੁਜਰਾਤ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦੇ ਭਾਸ਼ਣ ਦੇ ਰਿਹਾ ਹੈ, ਗੁਜਰਾਤ ਦੇ ਵਿੱਚ ਜਿਵੇਂ ਜਾ ਕੇ ਉਹਨੇ ਕੰਪੇਨ ਚਲਾਈ ਵੀ ਹੈ, ਔਰ ਉਸ ਕੰਪੇਨ ਦਾ ਇੰਨਾ ਜ਼ਿਆਦਾ ਉਲਟ ਅਸਰ ਹੋਇਆ ਕਿ ਪ੍ਰਾਈਮ ਮਿਨਿਸਟਰ ਨੇ ਪੂਰਾ ਜ਼ੋਰ ਲਾ ਕੇ ਕੰਪੇਨ ਆਪਦੇ ਹੱਥ ਚ ਲਈ ਹੋਈ ਹੈ ਗੁਜਰਾਤ ਦੀ। ਇੱਥੇ ਬਸ ਨਹੀਂ, ਸੋ ਇੱਕ ਸਰਕਾਰੀ ਪ੍ਰਭਾਵ ਦੇ ਨਾਲ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਸੈਸ ਲਈ ਇਸਤੇਮਾਲ ਕੀਤਾ। ਤੁਸੀਂ ਯਾਦ ਕਰੋ ਕਿ ਚੋਣ ਕਮਿਸ਼ਨ ਦੀ ਪਹਿਲਾਂ ਇਹ ਸਟੇਟਮੈਂਟ ਆਈ ਸੀ ਕਿ ਅਸੀਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਜਿਹੜੀਆਂ ਉਹ ਇਕੱਠੀਆਂ ਕਰਾਉਣੀਆਂ 18 ਦਸੰਬਰ ਤੋਂ ਪਹਿਲਾਂ 18 ਦਸੰਬਰ ਤੱਕ ਚੋਣਾਂ ਕਰਾਉਣੀਆਂ, ਔਰ ਇਹਨਾਂ ਦਾ ਐਲਾਨ ਵੀ ਇੱਕੇ ਵੇਲੇ ਕੀਤਾ ਜਾਊਗਾ। ਪ੍ਰੋਗਰਾਮ ਦੋਨਾਂ ਸਟੇਟਾਂ ਦਾ ਬਣ ਚੁੱਕਿਆ, ਹਿਮਾਚਲ ਦਾ ਵੀ ਬਣਿਆ ਹੋਇਆ ਚੋਣ ਪ੍ਰੋਗਰਾਮ, ਗੁਜਰਾਤ ਦਾ ਵੀ ਬਣਿਆ ਹੋਇਆ। ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ, ਐਲਾਨ ਕੀਤਾ ਕੱਲਾ ਹਿਮਾਚਲ ਪ੍ਰਦੇਸ਼ ਦਾ, ਗੁਜਰਾਤ ਨੂੰ ਉਹਦੇ ਵਿੱਚੋਂ ਪਾਸੇ ਕੱਢਤਾ। ਕਿਉਂ ਕੱਢਿਆ ਪਾਸੇ? ਉਹਦਾ ਪਾਸੇ ਕੱਢਣ ਦਾ ਮਤਲਬ ਇਹ ਹੈ ਕਿ ਗੁਜਰਾਤ ਦੇ ਲੋਕਾਂ ਨੂੰ ਭਰਮਾਉਣ ਵਾਸਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਹੋਰ ਬਚ ਦਿੱਤਾ ਜਾਵੇ ਤਾਂ ਕਿ ਉੱਥੇ ਇਹ ਸਹੂਲਤਾਂ ਦਾ ਐਲਾਨ ਵਗੈਰਾ ਕਰ ਸਕਣ। ਨਰਿੰਦਰ ਮੋਦੀ ਸਾਹਿਬ ਉੱਥੇ ਫਿਰਦੇ ਤੇ ਇਹਦਾ ਕਾਰਨ ਕਿਉਂ ਕਿਉਂ ਨਰਿੰਦਰ ਮੋਦੀ ਨੂੰ ਇਹਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਘਬਰਾਹਟ ਹੋਈ ਹੈ? ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਰਾਜੀਵ ਗਾਂਧੀ ਨੂੰ ਸਾਰੀ ਦੁਨੀਆਂ ਇਹ ਗੱਲ ਕਹਿੰਦੀ ਸੀ ਕਿ ਲੋਲਾ ਹੈ ਰਾਹੁਲ ਗਾਂਧੀ, ਉਹਦੀ ਸਥਿਤੀ ਹੈ ਕਿ ਜਿਹੜੇ ਉਹਦੇ ਵੱਲੋਂ ਅਟੈਕ ਕੀਤੇ ਜਾ ਰਹੇ ਹੈ ਉਹ ਅਟੈਕ ਰਾਜਨੀਤਿਕ ਤੌਰ ਦੇ ਉੱਤੇ ਬੜੇ ਘਾਤਕ ਹੋ ਰਹੇ ਹੈ। ਇਹ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਉਹਦਾ ਇੱਕ ਅਟੈਕ ਆਇਆ ਜਿਹਦੇ ਪ੍ਰਧਾਨ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਜਾਣਾ ਸੀਗਾ ਕਰਨ ਵਾਸਤੇ ਕੋਈ ਰੈਲੀ ਵਗੈਰਾ, ਤੇ ਉੱਥੇ ਰਾਹੁਲ ਗਾਂਧੀ ਕਹਿੰਦਾ ਕਿ ਅੱਜ ਮੌਸਮ ਵਿਗਿਆਨ ਦੱਸ ਰਿਹਾ ਕਿ ਅੱਜ ਗੁਜਰਾਤ ਦੇ ਵਿੱਚ ਜੁਮਲਿਆਂ ਦੀ ਬਰਸਾਤ ਹੋਣ ਵਾਲੀ ਹੈ। ਸ਼ਬਦ ਦੇਖੋ ਤੁਸੀਂ ਕਿ ਪ੍ਰਧਾਨ ਮੰਤਰੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੈਗੇ ਪ੍ਰਧਾਨ ਅਮਿਤ ਸ਼ਾਹ ਉਹਨਾਂ ਦੇ ਸ਼ਬਦਾਂ ਨੂੰ ਇਸਤੇਮਾਲ ਕਰਕੇ ਤੇ ਉਹਨਾਂ ਤੇ ਅਟੈਕ ਕਰ ਰਿਹਾ ਹੈ। ਉਹੀ ਰਾਹੁਲ ਗਾਂਧੀ ਜੀ ਨੂੰ 2 ਮਹੀਨੇ ਤੱਕ ਕੋਈ ਸੀਰੀਅਸਲੀ ਲੈਣ ਨੂੰ ਤਿਆਰ ਨਹੀਂ ਸੀਗਾ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਸਿਰਫ ਉਹ ਹੀ ਹੈ ਕਿ ਜਿਹੜੀ ਨੌਜਵਾਨ ਚੇਤਨਾ ਹੈ, ਜਿਹੜੀ ਨੌਜਵਾਨ ਊਰਜਾ ਹੈ, ਉਹ ਸਪੋਰਟ ਕਰ ਰਹੀ ਹੈ। ਇਹ ਤੋਂ ਪਹਿਲਾਂ ਤੁਸੀਂ ਦੇਖੋ ਕਿ ਰਾਹੁਲ ਗਾਂਧੀ ਵਿਦੇਸ਼ ਜਾਂਦਾ, ਅਮੈਰੀਕਾ ਚ ਰਾਹੁਲ ਗਾਂਧੀ ਗਿਆ ਨਹੀਂ ਗਿਆ ਇਹਦਾ ਕੋਈ ਨੋਟਿਸ ਹੀ ਨਹੀਂ ਲੈਂਦਾ, ਲੇਕਿਨ ਜਦੋਂ ਪਿਛਲੇ ਦਿਨਾਂ ਚ ਉਹ ਜਾਂਦਾ ਹੈ, ਬਰਕਲੇ ਯੂਨੀਵਰਸਿਟੀ ਜਾਂਦਾ, ਹੋਰ ਯੂਨੀਵਰਸਿਟੀ ਜਾਂਦਾ, ਉੱਥੇ ਉਹ ਵਿਦਿਆਰਥੀਆਂ ਨੂੰ ਵੀ ਐਡਰੈਸ ਕਰਦਾ, ਤੇ ਮੈਨੂੰ ਆਪ ਨੂੰ ਖੁਦ ਹੈਰਾਨੀ ਹੋਈ ਕਿ ਫੈਕਲਟੀ ਦੇ ਮੈਂਬਰ ਵੀ ਰਾਹੁਲ ਗਾਂਧੀ ਨੂੰ ਸੁਣਨ ਵਾਸਤੇ ਆਉਂਦੇ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਉਹਨੂੰ ਐਨਰਜੀ ਮਿਲੀ ਹੈ, ਯੂਥ ਨੇ ਜਿਹੜੀ ਇੱਕ ਆਪਣੀ ਸਰਗਰਮੀ ਲਿਖਾਈ ਹੈ, ਜਿਹੜਾ ਭਾਰਤ ਦਾ ਯੂਥ ਹੈ ਇਸ ਵੇਲੇ ਅੰਗੜਾਈਆਂ ਲੈ ਰਿਹਾ, ਉਹਨਾਂ ਅੰਗੜਾਈਆਂ ਦੇ ਵਿੱਚ ਇੱਕ ਨਵੀਂ ਊਰਜਾ ਜਿਹੜੀ ਨਿਕਲਦੀ ਹੈ, ਉਹ ਦੱਸਦੀ ਹੈ ਕਿ ਦੇਸ਼ ਦੀ ਦਸ਼ਾ ਤੇ ਦਿਸ਼ਾ ਜਿਹੜੀ ਹੈ ਉਹ ਤਬਦੀਲ ਹੋਣ ਵਾਲੇ ਪਾਸੇ ਨੂੰ ਜਾ ਰਹੀ ਹੈ। ਦੋ ਤਿੰਨ ਮਹੀਨਿਆਂ ਤੋਂ ਪਹਿਲਾਂ ਕੋਈ ਬੰਦਾ ਇਹ ਸੋਚਦਾ ਨਹੀਂ ਸੀ ਕਿ ਇਹ ਕੁਛ ਹੋ ਜੂ। ਹੁਣ ਚਾਹੇ ਤੁਸੀਂ ਗੁਰਦਾਸਪੁਰ ਦੀ ਗੱਲ ਕਰ ਲਓ, ਚਾਹੇ ਤੁਸੀਂ ਕੇਰਲਾ ਦੇ ਵਿੱਚ ਪਿਛਲੇ ਦਿਨਾਂ ਚੋਣ ਹੋਈ ਹੈ, ਕੇਰਲਾ ਦੀ ਚੋਣ ਦੀ ਕੰਪੇਨ ਵਾਸਤੇ ਖੁਦ ਅਮਿਤ ਸ਼ਾਹ ਅਦਿੱਤਿਆ ਦਾਸ ਜੋਗੀ ਜਾਂਦੇ ਹੈ ਕੇਰਲਾ ਦੇ ਵਿੱਚ, ਉੱਥੇ ਇਹ ਕੰਪੇਨ ਚਲਾਉਂਦੇ ਕਿ ਮਾਰਕਸੀ ਪਾਰਟੀ ਦੇ ਵਰਕਰਾਂ ਵੱਲੋਂ RSS ਦੇ ਵਰਕਰਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਹੈ। ਬਹਾਨਾ ਇਹ ਕੀਤਾ ਕਿ ਅਸੀਂ ਇੱਕ ਜਨ ਚੇਤਨਾ ਕੰਪੇਨ ਚਲਾ ਰਹੇ ਹਾਂ, ਲੇਕਿਨ ਕੰਪੇਨ ਕਰ ਰਹੇ ਸੀ ਅਸੈਂਬਲੀ ਕੰਸਟੀਚੁਐਂਸੀ ਤੇ, ਜਿਸ ਅਸੈਂਬਲੀ ਕੰਸਟੀਚੁਐਂਸੀ ਦੇ ਉੱਤੇ ਕੰਪੇਨ ਕੀਤੀ ਅਮਿਤ ਸ਼ਾਹ ਨੇ ਤੇ ਯੋਗੀ ਆਦਿੱਤਿਆਨਾਥ ਨੇ, ਉੱਥੋਂ ਦਾ ਰਿਜ਼ਲਟ ਦੇਖੋ ਕੀ ਆਉਂਦਾ ਹੈ। ਉੱਥੋਂ ਦਾ ਰਿਜ਼ਲਟ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ 5ਵੇਂ ਥਾਂ ਤੇ ਆਉਂਦਾ ਹੈ ਤੇ ਉਹਦੀ ਵੋਟ 6,000 ਤੋਂ ਵੀ ਘੱਟ ਹੈ। ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੁਲਕ ਦੀ ਜਿਹੜੀ ਹੈਗੀ ਹੈ ਸਿਆਸੀ ਤਸਵੀਰ ਉਹ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ, ਔਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਭੂਮਿਕਾ ਹੈ ਉਹ ਯੂਥ ਹੀ ਨਿਭਾ ਰਿਹਾ। ਨਵੀਂ ਯੂਥ ਜਿਹੜੀ ਹੈਗੀ ਹੈ, ਨਵੀਂ ਲੀਡਰਸ਼ਿਪ ਆਉਣ ਵਾਲੇ ਸਮੇਂ ਦੀ, ਉਹਦੇ ਵਾਸਤੇ ਹੋਰ ਚੁਣੌਤੀਆਂ ਜਿਹਨਾਂ ਚੁਣੌਤੀਆਂ ਨਾਲ ਇਸ ਵੇਲੇ ਯੂਥ ਸਮਝੋ ਜੂਝ ਰਿਹਾ। ਜੀ ਜੀ ਟੇਲੋ ਸਾਹਿਬ, ਸਾਰੀਆਂ ਚੀਜ਼ਾਂ ਤੋਂ ਬਾਅਦ ਚ ਜੇ ਆਪਾਂ ਕੰਕਲੂਜਨ ਵੱਲ ਵੱਧਦੇ ਹਾਂ ਤਾਂ ਇਹ ਲੱਗਦਾ ਹੈ ਕਿ ਜਿਵੇਂ ਹੁਣ ਆਪਾਂ ਗੱਲ ਗੁਰਮੇਹਰ ਹੋਰਾਂ ਤੋਂ ਸ਼ੁਰੂ ਕੀਤੀ, ਕਨੇਯਾ ਹੋਰਾਂ ਦਾ ਜ਼ਿਕਰ ਕੀਤਾ,
ਰਾਹੁਲ ਬੇਮੁੱਲਾ ਦਾ ਜ਼ਿਕਰ ਹੋ ਗਿਆ, ਨਾਲ ਨਾਲ ਹਾਰਦਿਕ ਪਟੇਲ ਦਾ। ਕੀ ਇਹ ਸੰਕੇਤ ਵੀ ਮਿਲਦੇ ਕਿ ਖੱਬੀਆਂ ਧਿਰਾਂ ਦੀ ਜਿਹੜੀ ਲੀਡਰਸ਼ਿਪ ਹੈ ਯੂਥ ਦੇ ਹੱਥ ਦੇ ਵਿਚ ਉਹ ਹੋਣ ਦੀ ਸੰਭਾਵਨਾ ਤਾਂ ਹੈਗੀ ਹੈ, ਕਿ ਅਗਲੀਆਂ ਜਿਹੜੀਆਂ ਸਰਕਾਰਾਂ ਹੈ ਕਿਤੇ ਨਾ ਕਿਤੇ ਉੱਥੇ ਖੱਬੀਆਂ ਧਿਰਾਂ ਦਾ ਵਧੀਆ ਰੋਲ ਰਹੂਗਾ? ਦੇਖੋ ਇਸ ਵੇਲੇ ਖੱਬੀਆਂ ਧਿਰਾਂ, ਮੈਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਖੁਦ, ਮੇਰੀ ਸੋਚ ਜਿਹੜੀ ਹੈ ਖੱਬੇ ਪੱਕੀ ਹੈ ਤੇ ਮੈਂ ਖੱਬੀਆਂ ਧਿਰਾਂ ਦੀ ਜਿਹੜੀ ਰਾਜਨੀਤਿਕ ਸਟ੍ਰੈਟਜੀ ਹੈ ਜੀ, ਉਹ ਗਾਹੇ ਬਗਾਹੇ ਮੈਂ ਮੁਖਾਲਫਤ ਵੀ ਕਰਦਾ ਰਹਿੰਦਾ, ਮੈਂ ਰਿਸਪੈਕਟ ਨਹੀਂ ਵੀ ਕਰਦਾ ਰਹਿੰਦਾ। ਜੇ ਭਾਰਤੀ ਜਨਤਾ ਪਾਰਟੀ ਇਸ ਵੇਲੇ ਜਾਂ ਇੱਕ ਕਮਿਊਨਲ ਫੋਰਸ ਇਸ ਵੇਲੇ ਦੇਸ਼ ਦੀ ਰਾਜਸੱਤਾ ਦੇ ਉੱਤੇ ਕਾਬਜ ਹੈ, ਤਾਂ ਇਹਦੇ ਵਿੱਚ ਹੋਰਾਂ ਨਾਲੋਂ ਵੱਧ ਜ਼ਿੰਮੇਵਾਰ ਜਿਹੜੇ ਹੈ ਉਹ ਖੱਬੇ ਪੱਖੀ ਦਲ ਦੀ। ਕਿਉਂ? ਕਿਉਂਕਿ ਜਿਸ ਵੇਲੇ ਯੂਪੀਏ 1 ਦੀ ਸਰਕਾਰ ਬਣਦੀ ਹੈ 2004 ਚ, ਯੂਪੀਏ 1 ਦੀ ਸਰਕਾਰ ਦਾ ਘਾੜਾ ਜੇ ਕਿਸੇ ਬੰਦੇ ਨੂੰ ਸਮਝਿਆ ਗਿਆ ਤਾਂ ਹਰਕਿਸ਼ਨ ਸਿੰਘ ਸੁਰਜੀਤ ਨੂੰ ਸਮਝਿਆ ਗਿਆ। ਦਰਸ਼ਨ ਸਿੰਘ ਨਾਂ ਦੇ ਇੱਕ ਨਾਵਲਿਸਟ ਨੇ ਇੱਕ ਨਾਵਲ ਲਿਖਿਆ ਸੀ ਭਾਊ, ਤੇ ਉਸ ਨਾਵਲ ਨੂੰ ਤੁਸੀਂ ਪੜ੍ਹ ਕੇ ਦੇਖੋ ਤੇ ਤੁਹਾਨੂੰ 2004 ਚ ਜਿਹਨਾਂ ਦਿਨਾਂ ਚ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਦਾ ਹੈ ਉਹਨਾਂ ਸਮੇਂ ਦਾ ਸਾਰਾ ਘਟਨਾ ਚੱਕਰ ਆਟੋਮੈਟਿਕਲੀ ਤੁਹਾਡੀਆਂ ਨਜ਼ਰਾਂ ਦੇ ਮੂਹਰੇ ਆ ਰਹੀ, ਉਹਦੇ ਵਿੱਚ ਉਹ ਸਾਰਾ ਘੁਮਾ ਰਿਹਾ ਕਿ ਇੱਕ ਸਾਫੇ ਵਾਲੇ ਬੰਦੇ ਨੇ, ਦੇਸੀ ਜੇ ਬੰਦੇ ਨੇ, ਫਿਰਕਾ ਪ੍ਰਸਤੀ ਨੂੰ ਦੇਸ਼ ਤੋਂ ਬਚਾਉਣ ਵਾਸਤੇ ਕਿਵੇਂ ਉੱਥੇ ਸਾਰਾ ਕੁਝ ਕੀਤਾ। ਯੂਪੀਏ 1 ਦੀ ਸਰਕਾਰ ਦੀ ਕਾਰਗੁਜ਼ਾਰੀ ਇੰਨੀ ਸ਼ਾਨਦਾਰ ਰਹੀ ਹੈ ਜਿਹਦਾ ਕਾਰਨ ਹੈ ਕਿ 2004 ਤੋਂ ਬਾਅਦ 2009 ਚੋਣ ਆਉਂਦੀ ਹੈ ਤੇ ਫਿਰ ਯੂਪੀਏ 2 ਦੀ ਸਰਕਾਰ ਵੀ ਬਣਦੀ ਹੈ। ਯੂਪੀਏ 1 ਦੀ ਸਰਕਾਰ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਆਈਆਂ? ITI ਹੈ ਉਹਦੇ ਚ ਆਈ, ਨਰੇਗਾ ਉਹਦੇ ਵਿੱਚ ਆਉਂਦਾ ਹੈ, ਔਰ ਉਹਦੇ ਦੇ ਵਿੱਚ ਜੇ ਉੱਥੇ ਦੇਖੀਏ ਅਸੀਂ ਖੱਬੀਆਂ ਧਿਰਾਂ ਦੇ ਉਸ ਵੇਲੇ 60 ਦੇ ਕਰੀਬ ਪਾਰਲੀਮੈਂਟ ਦੇ ਮੈਂਬਰ ਸੀ, ਔਰ ਉਹਨਾਂ ਦਾ ਇੱਕ ਪ੍ਰੈਸ਼ਰ ਗਰੁੱਪ ਸੀ, ਉਹ ਪ੍ਰੈਸ਼ਰ ਗਰੁੱਪ ਸਰਕਾਰ ਨੂੰ ਗਲਤ ਕੰਮ ਨਹੀਂ ਸੀ ਕਰ ਦਿੱਤਾ, ਲੇਕਿਨ ਉਸੇ ਸਮੇਂ ਦੇ ਵਿੱਚ ਜਦੋਂ ਦੇਸ਼ ਦੀ ਲੋੜ ਲਈ ਪ੍ਰਧਾਨ ਮੰਤਰੀ ਨੇ ਇੱਕ ਸਿਵਲ ਪ੍ਰਮਾਣੂ ਸਮਝੌਤਾ ਸਾਈਨ ਕੀਤਾ ਅਮਰੀਕਾ ਦੇ ਨਾਲ, ਤਾਂ ਖੱਬੀਆਂ ਧਿਰਾਂ ਨੇ ਹਮਾਇਤ ਵਾਪਸ ਲੈਣੀ। ਹਮਾਇਤ ਜਦੋਂ ਵਾਪਸ ਲੈਣੀ ਚਾਹੀਦੀ ਸੀ ਉਦੋਂ ਵੀ ਲਈ ਜਦੋਂ ਤੇਲ ਦੀਆਂ ਕੀਮਤਾਂ ਚ ਵਾਧਾ ਹੋਇਆ ਸੀ ਜਿਹੜੀ ਲੋਕਾਂ ਦੀ ਆਰਥਿਕਤਾ ਨੂੰ ਡੁੱਬਦੀ ਸੀ, ਲੇਕਿਨ ਜਿਹੜੀ ਚੀਜ਼ ਲੋਕਾਂ ਦੇ ਵੀ ਸਮਝ ਨਹੀਂ ਆਈ ਤੇ ਖੱਬੀਆਂ ਧਿਰਾਂ ਦੇ ਆਪਦੇ ਵੀ ਸਮਝ ਨਹੀਂ ਆਈ, ਉਹਨਾਂ ਦੇ ਕਾਡਰ ਦੇ ਸਮਝ ਨਹੀਂ ਆਈ, ਉਹਨੂੰ ਆਧਾਰ ਬਣਾ ਕੇ ਉਹਨਾਂ ਨੇ ਹਮਾਇਤ ਵਾਪਸ ਲੈ ਲਈ, ਸਰਕਾਰ ਡਿੱਗਦਿਆਂ ਡਿੱਗਦਿਆਂ ਬਚ ਗਈ। ਇੱਕੋ ਹੀ ਸੀ ਸੁਖਦੇਵ ਸਿੰਘ ਲਿਬੜਾ, ਲਿਬੜੇ ਦੀ ਬੋਤ ਨੇ ਮਨਮੋਹਨ ਸਿੰਘ ਦੀ ਸਰਕਾਰ ਨੂੰ ਬਚਾ ਲਿਆ, ਔਰ ਉਦੋਂ ਬਾਅਦ ਜਿਹੜੀ ਦੁਬਾਰਾ ਚੋਣ ਹੁੰਦੀ ਹੈ ਮਨਮੋਹਨ ਸਿੰਘ ਦੀ ਸਰਕਾਰ ਫੇਰ ਬਣਦੀ ਹੈ, ਖੱਬੀ ਧਿਰ ਬਾਹਰ ਹੋ ਗਈ, ਔਰ ਫਿਰ ਉਹਦੇ ਵਿੱਚ ਹੀ ਕਰਪਸ਼ਨ ਦਾ ਬੋਲਬਾਲਾ ਇਸ ਕਰਕੇ ਹੋਇਆ ਕਿਉਂਕਿ ਖੱਬੀ ਧਿਰ ਦਾ ਜਿਹੜਾ ਕੁੰਡਾ ਲੱਗਿਆ ਸੀ ਉਹ ਕੁੰਡਾ ਪਾਸੇ ਹੋ ਗਿਆ। ਉਹਦਾ ਕੀ ਨੁਕਸਾਨ ਕੀ ਹੋਇਆ ਤੁਸੀਂ ਇਸ ਵੇਲੇ ਦੇਖੋ ਕਿ ਜਿਹੜੀ ਖੱਬੀ ਧਿਰ ਕਦੇ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਰਹੀ ਹੈ, ਅੱਜ ਉਸ ਖੱਬੀ ਧਿਰ ਦੀ ਕੋਈ ਭੂਮਿਕਾ ਹੀ ਹੈ ਨੀ ਦੇਸ਼ ਦੀ ਰਾਜਨੀਤੀ ਦੇ ਵਿੱਚ। ਲੇਕਿਨ ਹੁਣ ਇੱਕ ਸ਼ੁਭ ਸੰਕੇਤ ਇਹ ਆ ਰਹੇ ਹੈ, ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਏ ਬੀ ਬਰਦਨ ਹੈ ਇੱਕ CPI ਦਾ ਬੜਾ ਵੱਡਾ ਲੀਡਰ ਹੁੰਦਾ ਸੀ, ਉਸਦੀ ਯਾਦ ਦੇ ਵਿੱਚ ਇੱਕ ਲੈਕਚਰ ਹੋਇਆ ਸੀ, ਔਰ ਉਸ ਲੈਕਚਰ ਦੇ ਵਿੱਚ ਖੱਬੀਆਂ ਧਿਰਾਂ ਦੇ ਜਿਹੜੀਆਂ ਦੋਨੇ ਰਵਾਇਤੀ ਪਾਰਟੀਆਂ CPI ਤੇ CPM ਇਹਨਾਂ ਦੀ ਲੀਡਰਸ਼ਿਪ ਨੇ ਇਹ ਯਕੀਨ ਦਵਾਇਆ, ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਆਪਣੀਆਂ ਪਾਰਟੀਆਂ ਦਾ ਏਕੀਕਰਨ ਕਰਨ ਵਾਲੇ ਪਾਸੇ ਨੂੰ ਵਧ ਰਹੇ। ਇੱਕ ਤਾਂ ਗੱਲ ਇਹ ਹੈ, ਮੈਂ ਅੱਜ ਵੀ ਸਮਝਦਾ ਕਿ ਭਾਰਤ ਦੇ ਵਿੱਚ ਬਾਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨਾਲੋਂ ਖੱਬੀਆਂ ਪਾਰਟੀਆਂ ਦੇ ਕੋਲ ਕਾਡਰ ਕਿਤੇ ਵੱਧ ਹੈ, ਡੈਡੀਕੇਟਡ ਬੰਦੇ ਕਿਤੇ ਵੱਧ ਹੈ, ਲੇਕਿਨ ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਹੈ ਕਿ 21 ਪੂਰਵੀ 31 ਜੁਲੇ ਇਹ ਪਹਿਲਾਂ ਫੁੱਟ ਦਰ ਫੁੱਟ ਕਰਦਿਆਂ ਕਰਦਿਆਂ ਇੰਨੇ ਆਪਸ ਵਿੱਚ ਫਟੇ ਪਏ ਆ, ਜੇ ਅੱਜ ਵੀ ਇਕੱਠੇ ਹੋ ਜਾਣ ਤਾਂ ਭਾਰਤੀ ਜਨਤਾ ਪਾਰਟੀ ਤੇ RSS ਨੂੰ ਬਹੁਤ ਵੱਡੀ ਇਹ ਚੁਣੌਤੀ ਦੇ ਸਕਦੇ। ਇਹ ਰਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੀ ਖੱਬੀਆਂ ਧਿਰਾਂ ਦੀ ਲੀਡਰਸ਼ਿਪ ਯੂਥ ਦੇ ਹੱਥ ਆ ਸਕਦੀ ਹੈ? ਬਿਨਾਂ ਸ਼ੱਕ ਇਹ ਆਉਣੀ ਆਉਣੀ, ਇਹਦੇ ਚ ਕੋਈ ਸ਼ੱਕ ਨਹੀਂ। ਭਾਵੇਂ ਵਿਦਿਆਰਥੀਆਂ ਦੇ ਵਿੱਚੋਂ, ਨੌਜਵਾਨਾਂ ਦੇ ਵਿੱਚੋਂ ਜਿਹੜੀ ਲੀਡਰਸ਼ਿਪ ਅੱਗੇ ਖੱਬੀਆਂ ਧਿਰਾਂ ਦੀ ਕਾਫੀ ਘੁਸਪੈਠ ਹੁੰਦੀ ਸੀ, ਉਦੋਂ ਘੱਟ ਰਹੀ ਹੈ। ਲੇਕਿਨ ਇਹ ਗੱਲ ਬੜੀ ਤਸੱਲੀ ਵਾਲੀ ਹੈ ਕਿ ਜਿਵੇਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੋ ਗਈ, ਦਿੱਲੀ ਯੂਨੀਵਰਸਿਟੀ ਹੋ ਗਈ, ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ, ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇਸ ਵੇਲੇ ਜਿਹੜੀਆਂ ਕਾਂਗਰਸ ਜਾਂ BJP, NSU, IABP ਇਹਦੇ ਮੁਕਾਬਲੇ ਤੇ ਲੈਫਟ ਦਾ ਜਿਹੜਾ ਹੈਗਾ ਸਟੂਡੈਂਟ ਕੰਮ ਉਹ ਕਾਫੀ ਤਕੜਾ ਹੈ, ਔਰ ਲੈਫਟ ਬੜਾ ਤਕੜਾ ਮੁਕਾਬਲਾ ਦੇ ਰਿਹਾ। ਉਹਦੇ ਵਿੱਚ ਲੀਡਰਸ਼ਿਪ ਨਿਕਲ ਕੇ ਆ ਰਹੀ ਹੈ। ਮਿਸਾਲ ਦੇ ਤੌਰ ਤੇ ਤੁਸੀਂ ਜੇ ਘਨੱਈਆ ਕੁਮਾਰ ਦੀ ਗੱਲ ਕਰ ਲਓ, ਘਨੱਈਆ ਕੁਮਾਰ ਖੁਦ ਖੱਬੇ ਪੱਖੀ ਹੈ। ਘਨੱਈਆ ਕੁਮਾਰ CPI ਦਾ ਜਿਹੜਾ ਸਟੂਡੈਂਟ ਵਿੰਗ ਹੈ ਉਹਦਾ ਨਾਂ ਹੈ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਮੈਂ ਉਹਦੇ ਚ ਕੰਮ ਕਰਦਾ ਰਿਹਾ। ਘਨੱਈਆ ਕੁਮਾਰ ਉਹਦਾ ਇੱਕ ਲੀਡਰ ਹੈ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਬਨੇਗਾ
ਭਗਤ ਸਿੰਘ ਰੁਜ਼ਗਾਰ ਜਿਵੇਂ ਜਿਵੇਂ ਨਰੇਗਾ ਬਣੇ, ਇਸੇ ਤਰ੍ਹਾਂ ਇੱਕ ਬਨੇਗਾ ਕਾਨੂੰਨ ਬਣਾ ਦਿੱਤੇ ਕਿ ਵਿਦਿਆਰਥੀਆਂ ਲਈ ਰੁਜ਼ਗਾਰ, ਨੌਜਵਾਨਾਂ ਲਈ ਰੁਜ਼ਗਾਰ ਦੀ ਗਰੰਟੀ ਦਿੰਦਾ ਐਕਟ ਲੈ ਕੇ ਆਓ। ਜੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਜਿੰਨੀ ਦੇਰ ਰੁਜ਼ਗਾਰ ਨਹੀਂ ਮਿਲਦਾ ਉਨੀ ਦੇਰ ਉਹਨਾਂ ਨੂੰ ਸਟੈਪਲ ਦਿੱਤਾ ਜਾਵੇ। ਇਹੋ ਜਿਹੇ ਕਾਨੂੰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਆਲ ਇੰਡੀਆ ਯੂਥ ਫੈਡਰੇਸ਼ਨ ਨੇ ਸਾਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਕੰਪੇਨ ਚਲਾਈ ਸੀ। ਔਰ ਜਿਹੜਾ ਸਿਖਰ ਸੀ ਉਹ ਹੁਸੈਨੀ ਬਾਬ ਹੈ ਸੀ ਤੇ ਕਨਈਆ ਕੁਮਾਰ ਆਇਆ ਸੀ। ਕਨਈਆ ਕੁਮਾਰ ਖੁਦ ਉਸ ਆਰਗੇਨਾਈਜੇਸ਼ਨ ਦਾ ਲੀਡਰ ਉਹਦੇ ਨਾਤੇ ਉਧਰ ਨੂੰ ਆਇਆ, ਉੱਥੇ ਆਇਆ ਸੀ। ਸੋ ਇਹ ਕਹਿ ਸਕਦੇ ਹਾਂ, ਕਹਿਣ ਵਾਲੀ ਗੱਲ ਇਹ ਯਕੀਨਨ ਹੈ ਕਿ ਜਿੰਨੀਆਂ ਖੱਬੀਆਂ ਪਾਰਟੀਆਂ ਦੀ ਲੀਡਰਸ਼ਿਪ ਹੈ ਉਹ ਬੜੀ ਜਲਦੀ ਤੇਜ਼ੀ ਦੇ ਨਾਲ ਨੌਜਵਾਨਾਂ ਦੇ ਹੱਥਾਂ ਵੱਲ ਆ ਰਹੀ ਹੈ। ਅੱਜ ਵੀ ਜੇ ਅਸੀਂ ਦੇਖੀਏ, ਤੁਸੀਂ ਦੇਖੋ ਪ੍ਰਕਾਸ਼ ਕਰਾਤ, ਸੀਤਾ ਰਾਮ ਜੈਤਰੀ, ਇਹ ਵਿਦਿਆਰਥੀ ਲਹਿਰ ਚੋਂ ਨਿਕਲੇ ਹੋਏ, ਇਹ ਸੀ ਪੀ ਐਮ ਦੇ ਲੀਡਰ ਹੈ। ਜੇ ਤੁਸੀਂ ਸੀ ਪੀ ਆਈ ਦੀ ਲੀਡਰਸ਼ਿਪ ਵੱਲ ਨਿਗਾਹ ਮਾਰੋ, ਉਹਦੇ ਸੈਂਟਰਲ ਸੈਕਟਰੀਏਟ ਦੀ ਮੈਂਬਰ ਹੈ ਅਮਰਜੀਤ ਕੌਰ, ਉਹ ਵਿਦਿਆਰਥੀ ਲਹਿਰ ਚੋਂ ਆਈ ਹੈ। ਅਤੁਲ ਕੁਮਾਰ ਅੰਜਾਨ, ਉਹ ਵਿਦਿਆਰਥੀ ਲਹਿਰ ਚੋਂ ਆਈ ਹੈ। ਬੀ ਰਾਜਾ, ਇਹ ਸਾਰੇ ਸਾਰੇ ਵਿਦਿਆਰਥੀ ਲਹਿਰ ਦੇ ਵਿੱਚ ਆਏ ਹੈ। ਸੋ ਖੱਬੀਆਂ ਤਰ੍ਹਾਂ ਦੀ ਲੀਡਰਸ਼ਿਪ ਤਾਂ ਪਹਿਲਾਂ ਵੀ ਵਿਦਿਆਰਥੀਆਂ ਚ ਆਉਂਦੀ ਰਹੀ ਹੈ। ਸੋ ਮੈਂ ਯਕੀਨਨ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੱਬੀਆਂ ਧਿਰਾਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਯੂਥ ਕੋਲੇ ਜਾਣੀ ਹੈ, ਨੌਜਵਾਨਾਂ ਕੋਲੇ ਜਾਣੀ ਹੈ। ਔਰ ਉਹ ਕਾਫੀ ਸੇ ਜਿਵੇਂ ਆਪਾਂ ਪਹਿਲਾਂ ਦੇਖਦੇ ਜਿਵੇਂ ਐਨਰਜੀ ਹੈ, ਔਰ ਉਹਨਾਂ ਦਾ ਬੌਧਿਕ ਵਿਕਾਸ, ਬੌਧਿਕ ਵਿਕਾਸ ਤੁਸੀਂ ਦੇਖੋ ਕਿ ਜਿਹੜੀ ਨਵੀਂ ਥਿਉਰੀ ਘਨੱਈਆ ਲੈ ਕੇ ਆਇਆ ਕਿ ਇੱਕ ਥਾਲੀ ਹੈ, ਦੇਸ਼ ਇੱਕ ਥਾਲੀ ਹੈ, ਤੇ ਥਾਲੀ ਦੇ ਵਿੱਚ ਦੋ ਕੌੜੀਆਂ ਪਈਆਂ, ਇੱਕ ਲਾਲ ਹੈ ਜਿਹੜੀ ਖੱਬੀਆਂ ਤਰਾਲੀ ਹੈ, ਇੱਕ ਨੀਲੀ ਹੈ ਜਿਹੜੀ ਦਲਤ ਵਾਲੀ, ਜੇ ਦਲਿਤ ਤੇ ਖੱਬਾ, ਖੱਬਾ ਪੱਖ ਤੇ ਦਲਿਤ ਭਾਈਚਾਰਾ, ਇਹਨਾਂ ਦੀ ਯੂਨਿਟੀ ਬਣ ਜੇ ਤਾਂ ਮੁਲਕ ਦੀ ਕਾਇਆ ਪਲਟ ਹੋ ਸਕਦੀ ਹੈ। ਬਿਲਕੁਲ ਯਕੀਨਨ ਜਿਹੜੀ ਗੱਲ ਠੀਕ ਹੈ ਉਧਰ ਹੋਈ ਜਾ ਰਹੀ ਹੈ ਜੀ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ, ਤੁਸੀਂ ਬੜੀ ਵਧੀਆ ਜਾਣਕਾਰੀ ਹੈ ਜਿਹੜੀ ਹਫ਼ਤਾਵਾਰੀ ਉਹ ਸਾਡੇ ਨਾਲ ਸਾਂਝੀ ਕਰਦੇ ਹੋ, ਔਰ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਰੇਡੀਓ ਚੰਨ ਪ੍ਰਦੇਸ਼ੀ ਤੇ ਇਹਨਾਂ ਦੇ ਸਰੋਤਿਆਂ ਦੇ ਵੱਲੋਂ ਦੀਵਾਲੀ ਮੁਬਾਰਕ। ਮੇਰੇ ਵੱਲੋਂ ਵੀ, ਮੇਰੇ ਪਰਿਵਾਰ ਵੱਲੋਂ ਜੀ, ਸਾਡੇ ਸਰਦਾਰੇ ਵੱਲੋਂ, ਸਾਰੇ ਦੇਸ਼ ਦੇਸ਼ ਦੇ ਵਿੱਚ ਜਿਹੜੇ ਸਾਰੇ ਸਰੋਤੇ ਬੈਠੇ ਹੈ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੀਵਾਲੀ ਤੇ ਬੰਦੀ ਛੋੜ ਦਿਵਸ ਜਿਹੜਾ ਹੈ ਉਹਦੀਆਂ ਲੱਖ ਲੱਖ ਮੁਬਾਰਕਾਂ ਹੋਣ, ਤੇ ਮੈਂ ਉਮੀਦ ਕਰਦਾ, ਕਾਮਨਾ ਕਰਦਾ ਕਿ ਉਹਨਾਂ ਲਈ ਜਿਹੜਾ ਅਗਲਾ ਵਰ੍ਹਾ ਹੈ ਇਸ ਬੰਦੀ ਛੋੜ ਦਿਵਸ ਤੇ ਦੀਵਾਲੀ ਦਿਵਸ ਤੋਂ ਲੈ ਕੇ ਅਗਲੀ ਦੀਵਾਲੀ ਤੱਕ ਦਾ ਉਹ ਬੜਾ ਖੁਸ਼ੀਆਂ ਭਰਪੂਰ ਹੋਵੇ, ਖੇੜਿਆਂ ਭਰਪੂਰ ਹੋਵੇ। ਇਹਨਾਂ ਸ਼ਬਦਾਂ ਦੇ ਨਾਲ ਸਭ ਦਾ ਧੰਨਵਾਦ, ਉਚੇਚੇ ਤੌਰ ਤੇ ਤੁਹਾਡਾ ਧੰਨਵਾਦ ਜੋ ਹਰ ਹਫ਼ਤੇ ਸਾਡੇ ਸਰੋਤਿਆਂ ਨਾਲ ਸਾਂਝ ਪਾਉਂਦੇ ਜੀ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸੀ ਬਖਤੌਰ ਸਿੰਘ ਢਿੱਲੋਂ ਸਾਹਿਬ, ਦੋਸਤੋ ਗੱਲਬਾਤ ਤੁਸੀਂ ਸੁਣ ਰਹੇ ਸੀ